ਆਪਾਂ ਆਪਣੇ ਵੱਡਿਆਂ ਦੇ ਇਤਿਹਾਸ ਨੂੰ ਸਮਝ ਕੇ ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਔਰ ਆਪਣੇ ਬੱਚਿਆਂ ਦੇ ਵਿੱਚ ਵੀ ਦੱਸਣ ਦੇ ਸਮਰੱਥ ਹੋ ਸਕੀਏ। ਸੋ ਅੱਜ ਦਾ ਇਹ ਗੁਰਮਤਿ ਸਮਾਗਮ ਬੜੀ ਚੜ੍ਹਦੀ ਕਲਾ ਦੇ ਨਾਲ, ਕੱਲ੍ਹ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਹਾਜ਼ਰੀ ਭਰ ਕੇ ਗਈ ਹੈ, ਅੱਜ ਵੀ ਮੈਂ ਸੰਗਤ ਨੂੰ ਬੇਨਤੀ ਕਰਦਾ, ਜਿਨ੍ਹਾਂ ਨੇ ਜਲ ਪਾਣੀ ਛਕ ਲਿਆ, ਦਰਸ਼ਨ ਕਰ ਲਏ, ਉਹ ਦੀਵਾਨ ਹਾਲ ਦੇ ਅੰਦਰ ਆਣ ਕੇ ਸਜ ਬੈਠਣ ਦੀ ਕਿਰਪਾਲਤਾ ਕਰੀਏ। ਪੰਥ ਪ੍ਰਸਿੱਧ ਕਵੀਸ਼ਰ ਜਿੱਥੇ ਢਾਡੀ ਜਿੱਥੇ ਸਾਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ, ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਜੀਤ ਸਿੰਘ ਜੀ ਭੱਠਲ, ਤਿੰਨਾਂ ਦਾ ਕਵੀਸ਼ਰੀ ਜਥਾ ਸਾਡੇ ਕੋਲ ਸਟੇਜ ਤੇ ਪਹੁੰਚ ਚੁੱਕਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਕੱਲ੍ਹ ਤੱਕ ਨੰਦੇੜ ਸਾਹਿਬ ਜੀ ਦਾ ਇਤਿਹਾਸ ਆਪਾਂ ਸਰਵਣ ਕਰ ਚੁੱਕੇ ਹਾਂ। ਅੱਜ ਆਪਾਂ ਸਰਵਣ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਤੋਰਦੇ ਹੈ, ਔਰ ਕੀ ਗਤੀਵਿਧੀਆਂ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਦੇ ਵਿੱਚ ਕਰਦੇ, ਉਹ ਸਾਰਾ ਇਤਿਹਾਸ ਆਪਾਂ ਸਰਵਣ ਕਰਨਾ ਲੜੀਵਾਰ। ਬਾਬਾ ਤਾਰਾ ਸਿੰਘ ਸਾਹਿਬ ਜੀ ਦੀ ਸ਼ਹਾਦਤ ਤੱਕ ਦਾ ਇਤਿਹਾਸ ਅੱਜ ਦੇ ਦੀਵਾਨਾਂ ਦੇ ਅੰਦਰ ਆਪਾਂ ਜਿਹੜਾ ਉਹ ਸਰਵਣ ਕਰਾਂਗੇ। ਗਿਆਨੀ ਗੁਰਜੀਤ ਸਿੰਘ ਜੀ ਭੱਠਲ ਆਪ ਜੀ ਦੇ ਨਾਲ ਸਾਂਝੇ ਹੋਣਗੇ, ਉਪਰੰਤ ਗਿਆਨੀ ਗੁਰਭੇਜ ਸਿੰਘ ਜੀ ਚਵਿੰਡਾ, ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਅਤੇ ਗਿਆਨੀ ਹੀਰਾ ਸਿੰਘ ਜੀ ਸਭਰਾ, ਇਹ ਬਾਕੀ ਦੇ ਜਥੇ ਵੀ ਆਪ ਜੀ ਨੂੰ ਇਸੇ ਇਤਿਹਾਸ ਦੇ ਨਾਲ ਜੋੜਨ ਦਾ ਜਿਹੜਾ ਉਹ ਯਤਨ ਕਰਨਗੇ। ਆਓ ਸਤਿਗੁਰਾਂ ਦੇ ਇਸ ਦੀਵਾਨ ਹਾਲ ਦੇ ਅੰਦਰ ਬੈਠ ਕੇ ਗੁਰਬਾਣੀ ਗੁਰ ਇਤਿਹਾਸ ਨੂੰ ਜਿਹੜਾ ਉਹ ਆਪਾਂ ਸਰਵਣ ਕਰੀਏ। ਲਗਭਗ 45 ਕੁ ਮਿੰਟ ਦੇ ਵਾਸਤੇ ਜਥਾ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਹਾਜ਼ਰੀ ਭਰੇਗਾ, ਉਹ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ ਜੀ, ਵਾਹਿਗੁਰੂ, 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 ਵਾਹਿਗੁਰੂ। ਕਲਗੀ ਵਾਲੇ ਦੀ ਜੱਗ ਤੋਂ ਸ਼ਾਨ ਵੱਖਰੀ, ਨਵਾਂ ਰੰਗ ਹੈ ਉਹਦੇ ਜੈਕਾਰਿਆਂ ਦੇ, ਛੱਡੇ ਅੰਮ੍ਰਿਤ ਦੇ ਨਹਿਣਾ ਵਿੱਚ ਜਦੋਂ ਲਾਲੀ ਜੜ ਗਈ ਪੰਜਾਂ ਪਿਆਰਿਆਂ ਤੇ, ਛੇਜਾਂ ਮਖਮਲੀ ਸ਼ਰਮ ਵਿੱਚ ਡੁੱਬ ਮੋਈਆਂ, ਮਾਹੀ ਸੌ ਗਿਆ ਕੰਢੇ ਖਲਾਰਿਆਂ ਤੇ, ਉਹਦੇ ਨੈਣਾ ਪਿਆਰ ਦਾ ਹੜ ਵਗਦਾ, ਦਿਲਬਰ ਲੁੱਟਿਆ ਗਿਆ ਇਸ਼ਾਰਿਆਂ ਤੇ, ਦਿਲਬਰ ਲੁੱਟਿਆ ਗਿਆ ਇਸ਼ਾਰਿਆਂ ਤੇ, ਛੇੜਾ ਕਿਸ ਤਰ੍ਹਾਂ ਤੇਰੀ
ਖੁੱਲ ਖੁੱਲ ਕਾਇਨਾਤ ਦੀ ਟੁੱਟ ਪੈਣੀ ਛਿੜੀ ਜਦੋਂ ਅਜੀਤ ਜੁਝਾਰ ਦੀ ਗੱਲ ਬੁੱਢੇ ਅਰਸ਼ ਦੀ ਕਮਰ ਨਾ ਛੇੜੀ ਤਾਈਓ ਨਹੀਂ ਅਜੇ ਦੀਵਾਰ ਦੀ ਗੱਲ ਗਿੱਠ ਗਿੱਠ ਲਾਲੀਆਂ ਚੜਦੀਆਂ ਕਿਣਕਿਆਂ ਤੇ ਛਿੜਦੀ ਜਦੋਂ ਵੀ ਤੇਰੇ ਪਰਿਵਾਰ ਦੀ ਗੱਲ ਛਿੜਦੀ ਜਦੋਂ ਪਰਿਵਾਰ ਦੀ ਗੱਲ ਜਿਨੇ ਹਰ ਦਮ ਪੂਜਿਆ ਅਕਾਲ ਨੂੰ ਜਿਨੇ ਹਰ ਦਮ ਪੂਜਿਆ ਅਕਾਲ ਨੂੰ ਉਹ ਸਿਰ ਝੁਕਦਾ ਹੈ ਗੁਜਰੀ ਦੇ ਲਾਲ ਨੂੰ ਸਿਰ ਝੁਕਦਾ ਹੈ ਮਾਤਾ ਗੋ
ਸ਼ਹਿਨਸ਼ਾਹ ਹੋਵੇ ਸਿੱਖ ਉਸ ਦਾ ਤੀਰ ਚਲਾਏ ਕਿਉਂ ਨਾ ਗੁਰੂ ਛੱਡ ਦਾ ਮਹਿਲ ਹੈ ਮਾੜੀਆਂ ਨੂੰ ਸਿੱਖ ਉਸ ਦਾ ਜੰਗਲੀ ਜਾਏ ਕਿਉਂ ਨਾ ਗੁਰੂ ਵਾਰ ਦਾ ਜਿਗਰ ਦੇ ਟੋਟਿਆਂ ਨੂੰ ਸਿੱਖ ਉਸ ਦਾ ਬੰਦ ਕਟਵਾਏ ਕਿਉਂ ਨਾ ਸਿੱਖ ਗੁਰੂ ਬਦਲੇ ਛੱਡ ਦਾ ਵਿੱਚ ਲਾਵਾਂ ਤੇ ਗੁਰੂ ਉਸ ਦੇ ਪਹਿਰੇ ਤੇ ਜਾਏ ਕਿਉਂ ਨਾ ਸਤਿਗੁਰੂ ਧੰਨ ਸਾਹਿਬ ਸ੍ਰੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸ਼ਿਫਤ ਵਡਿਆਈ ਵਿੱਚ ਆਪ ਜੀ ਨੇ ਕਾਵਿ ਰਚਨਾ ਦੇ ਬੋਲਾਂ ਨੂੰ ਸਰਵਣ ਕੀਤਾ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਸਵਾਈਮਾਨ ਨੇ ਪ੍ਰਕਾਸ਼ਮਾਨ ਨੇ ਤਿੰਨਾਂ ਦੀ ਪਾਵਨ ਗੋਦੀ ਵਿੱਚ ਬੈਠ ਕਰਕੇ ਆਪਣੇ ਵੱਡ ਵਡੇਰਿਆਂ ਦੇ ਸ਼ਾਨਾ ਮੱਤੇ ਇਤਿਹਾਸ ਨੂੰ ਸਰਵਣ ਕਰਨ ਵਾਸਤੇ ਉਤਾਵਲੇ ਬੈਠੇ ਹੋ ਗੁਰੂ ਪਿਆਰਿਓ ਸ਼ਹੀਦਾਂ ਦੀ ਬਾਰਗਾਹ ਦੇ ਅੰਦਰ ਜੁੜ ਕੇ ਬੈਠੇ ਹੈ ਕੌਮ ਦੇ ਜੁਝਾਰੂ ਜੋਧੇ ਆਪ ਤੇ ਕੁਰਬਾਨ ਹੋ ਜਾਂਦੇ ਸਾਡੀ ਆਜ਼ਾਦੀ ਦੀ ਖਾਤਰ ਉਹਨਾਂ ਨੂੰ ਸਵਰਗ ਦੀ ਤਮੰਨਾ ਨਹੀਂ ਹੁੰਦੀ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੀ ਆਜ਼ਾਦੀ ਦੀ ਖਾਤਰ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਕੁਰਬਾਨੀ ਦੇਣੀ ਪੈਂਦੀ ਹੈ ਕਿ ਸ਼ਹਿਰ ਤਾਂ ਹੀ ਲਿਖਦਾ ਹੈ ਉਹ ਕਹਿੰਦਾ ਜਦੋਂ ਕਦੇ ਵੀ ਦੇਸ਼ ਜਾਂ ਕੌਮ ਉੱਤੇ ਪਾ ਕੇ ਹਵਾ ਆਜ਼ਾਦੀ ਦੀ ਵਗਦੀ ਹੈ ਉਦੋਂ ਕੌਮ ਦੇ ਸੱਜੀਆਂ ਆਗੂਆਂ ਨੂੰ ਹੋਸ਼ ਰਹਿੰਦੀ ਨਾ ਸੀਸ ਤੇ ਪਗਦੀ ਹੈ ਘਰ ਉੱਜੜਦੇ ਸੈਂਕੜੇ ਮੱਖੀਆਂ ਦੇ ਬੱਤੀ ਮੋਮ ਦੀ ਤਾਂ ਇੱਕ ਜਗਦੀ ਹੈ ਸਿਰਫ ਖੂਨ ਸ਼ਹੀਦਾਂ ਦਾ ਡੁੱਲ ਕੇ ਤੇ ਮਹਿੰਦੀ ਹੋਰਨਾਂ ਦੇ ਹੱਥਾਂ ਤੇ ਲੱਗਦੀ ਹੈ ਉਹ ਮਹਾਨ ਸ਼ਹੀਦ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂਗ ਜਿਨ੍ਹਾਂ ਨੇ ਜਿਹੜੇ ਸ਼ਹੀਦੀਆਂ ਦੀਆਂ ਪੈੜਾਂ ਨੂੰ 18ਵੀਂ ਸਦੀ ਅੰਦਰ ਉਹ ਕੁਰਬਾਨੀ ਕੀਤੀ ਗੁਰੂ ਪਿਆਰਿਓ ਧਿਆਨ ਦਿਓ ਭਾਵੇਂ ਵਿਸ਼ਾ ਮੈਨੂੰ ਅੱਜ ਬਹਾਦਰ ਬਾਬਾ ਬੰਦਾ ਸਿੰਘ ਦਾ ਇਤਿਹਾਸ ਕਹਿਣ ਵਾਸਤੇ ਹੁਕਮ ਹੋਇਆ ਸਮਾਂ ਗਿਣਤੀ ਮਿੰਟੀ ਦਾ ਜਰਾ ਪੰਛੀ ਝਾਤ ਪਾ ਕੇ ਆਪਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਹਾਦਰ ਯੋਧੇ ਬਹਾਦਰ ਬਾਬਾ ਬੰਦਾ ਸਿੰਘ ਦੀ ਕਹਾਣੀ ਤੁਹਾਡੇ ਸਨਮੁਖ ਸਾਂਝੀ ਕਰ ਦੇਣੀ ਆਪਾਂ ਜਿਸ ਜਗ੍ਹਾ ਤੇ ਬੈਠੇ ਹਾਂ ਉਹ ਮਾਘ ਦੀਆਂ ਰਾਤਾਂ ਦੇ ਸਮੇਂ ਇੱਕ ਯੋਧੇ ਆਉਂਦੇ ਸੀ ਜੰਗਲਾਂ ਵਿੱਚੋਂ ਸਮਾਂ ਬਤੀਤ ਕਰਕੇ ਜਕਰੀਆ ਖਾਨ ਸਿੱਖਾਂ ਉੱਤੇ ਕਹਿਰ ਕਰ ਰਹੇ ਹੈ ਲਾਹੌਰ ਨੇ ਸਿੱਖਾਂ ਨਾਲ ਕੋਈ ਘੱਟ ਨਹੀਂ ਗੁਜ਼ਾਰੀ 100 ਸਾਲ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਇਹਨਾਂ ਕੌਮ ਦੇ ਜੁਝਾਰੂ ਯੋਧਿਆਂ ਕੁਰਬਾਨੀ ਕੀਤੀ ਹੈ 18ਵੀਂ ਸਦੀ ਦੀ ਆਰੰਭਤਾ ਹੋਈ ਬਹਾਦਰ ਬਾਬਾ ਬੰਦਾ ਸਿੰਘ ਤੋਂ ਪਿੱਛੋਂ ਜੇ ਕਿਤੇ ਸਾਡੇ ਹਿਰਦੇ ਵਿੱਚ ਚੰਗਾ ਰੁਤਬਾ ਹੈ ਚੰਗਾ ਹੌਸਲਾ ਭਰਿਆ ਤੇ ਬਹਾਦਰ ਬਾਬਾ ਤਾਰਾ ਸਿੰਘ ਦੀ ਬਾਂਹ ਵਾਲੇ ਯੋਧੇ ਆਉਂਦੇ ਯੋਧੇ ਜਿੱਥੇ ਪੋਹ ਮਾਘ ਦੀਆਂ ਰਾਤਾਂ ਦੇ ਸਮੇਂ
ਠੰਡ ਤੋਂ ਨਜ਼ਾਤ ਦਿਵਾਉਣ ਵਾਸਤੇ ਇੱਕ ਵੱਡਾ ਮੁੱਢ ਉਹਨੂੰ ਅੱਗ ਲਗਾ ਕਰਕੇ ਰੱਖ ਦਿੱਤਾ ਜਾਂਦਾ। ਸਿੰਘ ਆਉਂਦੇ ਆਪਣੇ ਸਰੀਰ ਨੂੰ ਨਿੱਘ ਦੇਣ ਦੀ ਕੋਸ਼ਿਸ਼ ਕਰਦੇ ਤੇ ਗੁਰੂ ਕਾ ਲੰਗਰ ਛਕਦੇ ਇਸੇ ਸਥਾਨ ਤੇ ਜਿੱਥੇ ਜੁੜ ਕੇ ਬੈਠੇ ਹੋ। ਗੁਰੂ ਪਿਆਰਿਓ, ਸਿੰਘਾਂ ਦਾ ਸਾਥ ਦੇਣ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦੀ ਸਿੱਖੀ ਧਾਰਨ ਕਰਕੇ ਇਸ ਯੋਧੇ ਨੂੰ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਹੈ। ਅੱਜ ਆਪਾਂ ਉਹਨਾਂ ਦੇ ਪਾਵਨ ਅਸਥਾਨਾਂ ਤੇ ਸ਼ਹੀਦਾਂ ਦੀ ਬਾਰਗਾਹ ਦੇ ਅੰਦਰ ਜੁੜ ਕੇ ਬੈਠੇ ਹੈ। ਸਤਿਗੁਰ ਕਿਰਪਾ ਕਰਨ, ਜੇ ਥੋੜੀ ਜਿਹੀ ਗੱਲ ਮੁਕਾ ਕੇ ਇੱਕ ਸਮੇਂ ਵਿੱਚ ਕਹਿ ਦੇਵਾਂ ਕਿ ਇਹਨਾਂ ਯੋਧਿਆਂ ਦੀ ਖਾਤਰ 100 ਸਾਲ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਬਾਬਾ ਤਾਰਾ ਸਿੰਘ ਵਾਰ ਦੀ ਕੁਰਬਾਨੀ ਖਾਤਰ ਸਾਨੂੰ ਇੱਕ ਰਾਜ ਮਿਲਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ। ਇਹ ਕੋਈ ਸਸਤੇ ਵਿੱਚ ਅਸੀਂ ਕੁਝ ਲਿਆ ਨਹੀਂ ਤੇ ਨਾ ਹੀ ਉਸ ਸਾਨੂੰ ਕਿਸੇ ਨੇ ਕਦੇ ਥਾਲੀ ਵਿੱਚ ਰੱਖ ਕੇ ਕੁਝ ਦਿੱਤਾ ਹੈ। ਅਸੀਂ ਆਪ ਆਪਣੇ ਬਲਬੂਤੇ ਤੇ ਸਾਰਾ ਕੁਝ ਪ੍ਰਾਪਤ ਕਰਦੇ ਰਹੇ ਹੈ। ਆਓ ਪਿਆਰਿਓ, ਸਿੱਖ ਰਾਜ ਦੇ ਮੋਢੀ ਜਿਨ੍ਹਾਂ ਨੂੰ ਵਿਦਵਾਨਾਂ ਨੇ ਕਿਹਾ ਬਹਾਦਰ ਬਾਬਾ ਬੰਦਾ ਸਿੰਘ, ਮੈਂ ਉੱਥੋਂ ਤੱਕ ਗੱਲ ਕਰਕੇ ਫਿਰ ਖਿਮਾ ਮੰਗਦਾ ਨਹੀਂ। ਸਰਹੰਦ ਦੀ ਫਤਿਹ, ਜਦੋਂ ਬਹਾਦਰ ਬਾਬਾ ਫਤਿਹ ਸਿੰਘ ਬਾਬਾ ਬਹਾਦਰ ਬਾਬਾ ਬੰਦਾ ਸਿੰਘ ਦੀ ਕੁਰਬਾਨੀ ਕਰਦੇ ਨੇ, ਉਹ ਤੋਂ ਪਹਿਲਾਂ ਉਹਨਾਂ ਦੀ ਜੋ ਕੁਝ ਉਪਲਬਧੀ ਹੈ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਥਾਪੜਾ ਲੈ ਕੇ ਨਦੇੜ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਆਉਂਦੇ ਨੇ, ਉਹ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਸ਼ਾਨਾ ਮੱਤਾ ਇਤਿਹਾਸ ਸਾਹਿਬ ਜਿਵੇਂ ਸਰਵਣ ਕਰਨਾ, ਪਿਆਰ ਅੰਦਰ ਆਓ, ਅਸੀਸ ਬਖਸ਼ੋ ਫਤਿਹ ਨਾਲ ਸਾਂਝ ਪਾਓ, ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਬਾਅਦ ਜਿਨ੍ਹਾਂ ਨੇ ਲੜੀਵਾਰ ਸਮੇਂ ਦੀ ਵੰਡ ਕੀਤੀ ਹੈ, ਗਿਆਨੀ ਸੁਖਪਾਲ ਸਿੰਘ ਜੀ ਪ੍ਰਚਾਰਕ, ਉਹ ਵੀ ਮਾਣ ਭੇਜਦੇ ਨੇ, ਸਤਿਕਾਰਯੋਗ ਗਿਆਨੀ ਹੀਰਾ ਸਿੰਘ ਜੀ ਸਵਰਾਲ, ਜੋ ਦੇਸ਼ ਵਿਦੇਸ਼ ਵਿੱਚ ਵੀ ਜਾ ਕੇ ਸਿੱਖੀ ਦਾ ਪ੍ਰਚਾਰ ਕਮਿਸ਼ਰੀ ਵਾਰਾਂ ਦੇ ਰਾਹੀਂ ਨਿਹਾਲ ਕਰਕੇ ਆਏ ਨੇ, ਬਹੁਤ ਸਾਰਾ ਮਾਣ ਸਨਮਾਨ ਸਮੁੱਚੇ ਜੱਥੇ ਵੱਲੋਂ ਕਮਿਸ਼ਰੀ ਜੱਥੇ ਦਾ ਮਾਣ ਕੀਤਾ ਜਾਂਦਾ ਹੈ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਡੇ ਸਤਿਕਾਰਯੋਗ ਭੈਣ ਜੀ ਵਿਦੇਸ਼ਾਂ ਵਿੱਚ ਉਹਨਾਂ ਦੇ ਪੁੱਤਰ ਧੀਆਂ ਨੇ, ਸਤਿਗੁਰੂ ਕਿਰਪਾ ਕਰੋ ਉਹਨਾਂ ਦੀ ਚੜ੍ਹਦੀ ਕਲਾ ਹੋਵੇ, ਜਿੱਥੇ ਕਾਰੋਬਾਰ ਸਤਿਗੁਰੂ ਬਖਸ਼ਿਸ਼ ਕਰਨ, ਉੱਥੇ ਸਿੱਖੀ ਸਿਧਾਂਤ ਵੀ ਉਹਨਾਂ ਦੇ ਹਿਰਦੇ ਵਿੱਚ ਪ੍ਰਤਿਫਲ ਪਿਆਰ ਭਾਵਨਾ ਪ੍ਰਗਟ ਹੋਵੇ, ਇਹ ਅਰਦਾਸ ਹੈ ਭੈਣ ਦੀ। ਬਹੁਤ ਸਾਰਾ ਮਾਣ 500 ਲੱਖ ਦੰਬੜਾ ਭੈਣ ਜੀ ਭੇਜ ਗਏ ਨੇ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਰਦਾਰ ਸ਼ਾਮ ਸਿੰਘ ਟਾਰੀ, ਉਹ ਮਹਾਨ ਸੂਰਬੀਰ ਯੋਧਾ ਬੁੱਢਾ ਜਰਨੈਲ, ਉਹਨਾਂ ਦੇ ਪਾਵਨ ਪੁੱਤਰ ਨਾਮ ਤੋਂ ਜਥੇਦਾਰ ਸਰਦਾਰ ਕੁਲਦੀਪ ਸਿੰਘ ਜੀ ਮਾੜੀ ਮੇਘੇ ਵਾਲੇ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਸਨਮਾਨ ਹਾਜ਼ਰ ਹੁੰਦਾ। ਸਾਬਕਾ ਸਰਪੰਚ ਸਰਦਾਰ ਮੁਖਤਿਆਰ ਸਿੰਘ ਜੀ, ਜੋ ਇਸ ਨਗਰ ਦੇ ਇਸ ਵੇਲੇ ਉਹ ਭੁੱਖੀ ਪਿੰਡ ਵਿਖੇ ਰਹਿ ਰਹੇ ਨੇ, ਪਰ ਪਿਆਰ ਹੈ, ਆਉਂਦੇ ਨੇ ਕਿਉਂਕਿ ਸ਼ਹੀਦਾਂ ਦੇ ਸਥਾਨ ਤੇ ਨਤਮਸਤਕ ਹੋਣ ਵਾਸਤੇ ਵੱਡਾ ਫਰਜ਼ ਬਣਦਾ ਹੈ। ਸੂਝਵਾਨ ਨੇ, ਪਤਵੰਤੇ ਸੱਜਣ ਨੇ, ਉਹਨਾਂ ਵੱਲੋਂ ਵੀ ਮਾਣ ਸਨਮਾਨ ਹਾਜ਼ਰ ਹੋਇਆ। ਜੱਸਾ ਸਿੰਘ ਜੀ, ਰਿਸ਼ਪਾਲ ਸਿੰਘ ਜੀ ਵੀ ਮਾਣ ਭੇਜ ਗਏ ਨੇ, ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਤਿਗੁਰੂ ਬਖਸ਼ਿਸ਼ ਕਰਨ, ਕਰਨਪ੍ਰੀਤ ਸਿੰਘ ਜੀ, ਕਰਨਵੀਰ ਸਿੰਘ ਜੀ, ਉਹਨਾਂ ਦੀ ਵਿਦੇਸ਼ਾਂ ਨੂੰ ਜਾਣ ਵਾਸਤੇ ਫੈਲ ਜਿਹੜੀ ਲਾਈ ਹੈ, ਸਤਿਗੁਰੂ ਕਿਰਪਾ ਕਰੋ ਜਲਦੀ ਤੋਂ ਜਲਦੀ ਵੀਜ਼ਾ ਜਿਹੜਾ ਉਹ ਮਿਲ ਜਾਵੇ। ਇਹ ਸ਼ਹੀਦਾਂ ਸਿੰਘਾਂ ਦੇ ਸਥਾਨਾਂ ਤੇ ਅਰਦਾਸ ਜੋਦਰੀ ਬੇਨਤੀ ਹੈ। ਆਓ ਗੁਰੂ ਪਿਆਰਿਓ, ਨਾਲ ਨਾਲ ਆਪ ਜੀ ਦੀ ਕੀਤੀ ਹੋਈ ਕਦਰ ਅਰਦਾਸੇ ਵੀ ਕਰਦੇ ਜਾਵਾਂਗੇ, ਜਰਾ ਇਤਿਹਾਸ ਤੇ ਵੀ ਆਪਣਾ ਜਿਹੜਾ ਹੈ ਸਿਧਾਂਤ ਗੁਰੂ ਪਾਤਸ਼ਾਹ ਮਹਾਰਾਜ ਦਾ ਬਖਸ਼ਾ, ਉਹਦੇ ਤੇ ਵੀ ਧਿਆਨ ਜਿਹੜਾ ਹੈ ਇਕਾਗਰਚਿਤ ਕਰਕੇ ਰੱਖਣਾ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਦੇੜ ਦੀ ਧਰਤੀ ਤੋਂ ਬਹਾਦਰ ਬਾਬਾ ਬੰਦਾ ਸਿੰਘ ਨੂੰ ਇਹਦੇ ਹਿਰਦੇ ਜਿਹੜਾ ਵਿਰਾਗ ਪੈਦਾ ਹੋਇਆ ਸੀ ਨਾ, ਇੱਕ ਹਿਰਨੀ ਉਹਦਾ ਸ਼ਿਕਾਰ ਕਰਦਾ ਹੈ, ਉਹਦੇ ਬੱਚੇ ਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰਦੇ ਦੇ ਅੰਦਰ ਵਿਰਾਗ ਪੈਦਾ ਹੋ ਗਿਆ। ਗੁਰੂ ਨੇ ਪਹਿਲਾਂ ਵਿਰਾਗ ਕੱਢਿਆ, ਗੁਰੂ ਕੀ ਕਰਦਾ ਹੈ, ਅਣਖੀ ਜੀਵਨ ਦੇ ਦਿੰਦਾ ਹੈ। ਸਤਿਗੁਰੂ ਕਿਰਪਾ ਕਰਨ, ਇਹਨੂੰ ਬਹਾਦਰ ਬਾਬਾ ਬੰਦਾ ਸਿੰਘ ਦਾ ਖਿਤਾਬ ਦੇ ਕੇ ਪੰਜਾਬ ਵੱਲੋਂ ਤੋਰਿਆ,
ਗੁਰੂ ਪਿਆਰਿਓ ਪੰਜ ਸਿੱਖ ਦਿੱਤੇ, ਪੰਜ ਪੀਰ ਦਿੱਤੇ। ਗੁਰੂ ਪਿਆਛਾ ਮਹਾਰਾਜ ਜੀ ਨੇ 20 ਸਿੰਘ ਹੋਰ ਨਾਲ ਤੋਰੇ। ਇੱਕ ਨਿਸ਼ਾਨ ਸਾਹਿਬ ਦਿੱਤਾ, ਇੱਕ ਨਗਾਰਾ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਾਇਆ ਕੋਈ ਨਹੀਂ ਦਿੱਤੀ। ਤੇ ਕੀ ਆਖਿਆ ਬਹਾਦਰ ਬਾਬਾ ਬੰਦਾ ਸਿੰਘਾ, ਯਾਦ ਰੱਖੀ ਆਪ ਗੁਰੂ ਨਾਨਕ ਦੇ ਘਰ ਨਾਲ ਪਿਆਰ ਰੱਖਣ ਵਾਲੇ ਘਰਾਣੇ ਵਸਦੇ ਪੰਜਾਬ ਦੀ ਧਰਤੀ ਤੇ, ਮਾਲਵੇ ਦੀ ਧਰਤੀ ਤੇ ਰਹਿਣ ਵਾਲਾ ਬਾਬਾ ਫਤਿਹ ਸਿੰਘ ਭਾਈ ਭਗਤੂ ਦੀ ਔਲਾਦ ਵਿੱਚ, ਉਹਨਾਂ ਦੇ ਪਰਿਵਾਰ ਵਿੱਚ ਆਵਾਜ਼ ਮਾਰੀ ਤੇ ਆਵਾਜ਼ ਜਿਹੜਾ ਏਦਾਂ ਮਾਰੀ ਉਹਦਿਓ ਆਓ ਸਰਹੰਦ ਨੂੰ ਮਾਰਨ ਤੁਰਨਾ, ਵਜ਼ੀਰ ਖਾਨ ਤੋਂ ਬਦਲਾ ਲੈਣਾ ਉਹਨਾਂ ਛੋਟੇ ਫਰਜ਼ੰਦਾਂ ਦਾ। ਤੇ ਬੰਦਾ ਸਿੰਘਾ ਘਬਰਾਈ ਨਾ, ਵੇਖੀ ਵਹੀਰਾਂ ਕੱਤ ਕੇ ਗੁਰੂ ਕੇ ਲਾਡਲੇ ਤੇਰੇ ਕੋਲ ਪਹੁੰਚ ਗਏ, ਤੇ ਜਦੋਂ ਕਿਤੇ ਤੇਰੇ ਤੋਂ ਵਿੱਤ ਤੋਂ ਤੈਨੂੰ ਪਤਾ ਲੱਗੇ ਕਿ ਮੇਰੀ ਹੁਣ ਵਿੱਤ ਨਹੀਂ, ਮੇਰੇ ਕੋਲ ਇੰਨਾ ਬਲ ਨਹੀਂ ਕਿ ਮੈਂ ਹੁਣ ਕੀ ਕਰਾਂ, ਤੇ ਬੰਦਾ ਸਿੰਘਾ ਉਦੋਂ ਰੱਬ ਅੱਗੇ ਖਲੋ ਕੇ ਅਰਦਾਸ ਕਰ ਲਈ, ਅਰਦਾਸ ਜਿਹੜਾ ਤੈਨੂੰ ਲੱਗੇ ਕਾ ਮੁਸ਼ਕਲ ਹੈ ਉਹ ਸਾਰਾ ਰੱਬ ਹੱਲ ਕਰ ਦੇਵੇਗਾ। ਅਰਦਾਸ ਵਿੱਚ ਬੜੀ ਵੱਡੀ ਸ਼ਕਤੀ ਹੈ ਤੇ ਸਾਡਾ ਕਨਸੈਪਟ ਹੀ ਅਰਦਾਸ ਹੈ। ਗੁਰੂ ਪਿਆਰਿਓ ਬਹਾਦਰ ਬਾਬਾ ਬੰਦਾ ਸਿੰਘ ਪੰਜ ਸਿੰਘ ਪੰਜ ਪਿਆਰਿਆਂ ਦੇ ਰੂਪ ਵਿੱਚ ਲੈ ਕੇ ਤੁਰਿਆ, 20 ਸਿੰਘ ਹੋਰ ਤੁਰੇ ਨੇ, ਨਿਸ਼ਾਨ ਸਾਹਿਬ ਦਿੱਤਾ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਥਾਪੜਾ ਲੈ ਕੇ ਇੱਥੇ ਡਾਕਟਰ ਗੰਡਾ ਸਿੰਘ ਨੇ ਬਹੁਤ ਵੱਡੀ ਗਵਾਹੀ ਭਰੀ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਤੋਰਿਆ ਤੇ ਬਾਅਦ ਵਿੱਚ ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਗੁਰਗੱਦੀ ਬਖਸ਼ ਕੀਤੀ ਹੈ। ਇਹਨੂੰ ਰਸਤੇ ਵਿੱਚ ਖਬਰ ਮਿਲਦੀ ਹੈ ਕਿ ਕਲਗੀ ਵਾਲੇ ਵਾਹੀ ਇਸ ਸੰਸਾਰ ਨੂੰ ਛੱਡ ਕੇ ਸਰੀਰ ਕਰਕੇ ਸੰਸਾਰ ਵਿੱਚੋਂ ਚਲੇ ਗਏ 1708 ਸਮੇਂ। ਗੁਰੂ ਪਿਆਰਿਓ ਬਹਾਦਰ ਬਾਬਾ ਬੰਦਾ ਸਿੰਘ ਮੰਜਲਾ ਨੂੰ ਮੁਕਾਉਂਦਾ ਹੋਇਆ ਦਿਲ ਵਿੱਚ ਰੋਹ ਹੈ, ਨੇਤਰ ਲਾਲ ਨੇ, ਗੁਰੂ ਕੇ ਬਾਲਾਂ ਦਾ ਬਦਲਾ ਲੈਣਾ ਹੈ, ਵਹੀਰਾਂ ਕੱਟ ਕੇ ਬੜੀ ਜਲਦੀ ਨਾਲ ਪੈਂਡਾ ਮੁਕਾ ਕੇ ਤੇ ਦਿੱਲੀ ਦੇ ਨੇੜੇ ਆ ਗਿਆ। ਪੰਜਾਬ ਵਿੱਚ ਵੜਨਾ, ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹਦੇ ਮਨ ਵਿੱਚ ਵਿਚਾਰ ਆਈ, ਅਜੇ ਫੌਜ ਬੜੀ ਥੋੜੀ ਹੈ, ਅਜੇ ਕੁਝ ਇਹਨਾਂ ਯੋਧਿਆਂ ਨੂੰ ਤਿਆਰੀ ਕਰਨ ਦੀ ਬੜੀ ਗੱਲ ਥੋੜੀ ਹੈ। ਇਹਨੇ ਉਹ ਚਿੱਠੀਆਂ ਪਾਈਆਂ ਮਾਲਵੇ ਦੇ ਸਿੰਘਾਂ ਨੂੰ, ਮਾਝੇ ਦੇ ਸਿੰਘਾਂ ਨੂੰ। ਇਹਨਾਂ ਚਿੱਠੀਆਂ ਨੂੰ ਪੜ੍ਹ ਕੇ ਇਤਿਹਾਸਕਾਰ ਕਹਿੰਦੇ ਨੇ ਜਿਹੜੀਆਂ ਸਵਾਣੀਆਂ ਨੇ ਤਲਵਾਰਾਂ ਛੱਤਾਂ ਵਿੱਚ ਟੰਗੀਆਂ ਸੀ ਉਹਨਾਂ ਨੂੰ ਖਿੱਚ ਕੇ ਆਪਣੇ ਪਤੀਆਂ ਦੇ ਹੱਥ ਵਿੱਚ ਫੜਾ ਦਿੱਤਾ। ਕਿਸੇ ਮਾਂ ਦੇ ਪੁੱਤਰ ਆਪਣੇ ਹੱਥ ਨਾਲ ਪਕੜੀ ਤਲਵਾਰ ਤੇ ਆਪਣੇ ਪੁੱਤ ਦੇ ਹਵਾਲੇ ਕਰ ਦਿੱਤੇ। ਆਖਿਆ ਯੋਧਿਆ ਸਮਾਂ ਆ ਗਿਆ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਲਾਲਾਂ ਦਾ ਬਦਲਾ ਲੈਣਾ ਹੈ। ਮੁੱਕਦੀ ਗੱਲ, ਗੁਰੂ ਪਿਆਰਿਓ ਮਾਲਵੇ ਤੋਂ, ਮਾਝੇ ਤੋਂ, ਦੁਆਬੇ ਤੋਂ ਸਿੰਘ ਵਹੀਰਾਂ ਤੱਕ ਕੇ ਬਹਾਦਰ ਬਾਬਾ ਬੰਦਾ ਸਿੰਘ ਦੇ ਕੋਲ ਆ ਗਿਆ। ਇੱਥੇ ਕਹਾਣੀ ਹੈ, ਸਤਿਗੁਰ ਦੇ ਬਹਾਦਰ ਸੂਰਮੇ ਬਹਾਦਰ ਬਾਬਾ ਬੰਦਾ ਸਿੰਘ ਨੇ ਸਭ ਤੋਂ ਪਹਿਲਾਂ ਸਮਾਣੇ ਨੂੰ ਜਾ ਕਰਕੇ ਜਿੱਥੇ ਕਦੇ ਯਾਦ ਆ ਰਿਹਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉੱਤੇ ਵਾਰ ਕਰਨ ਵਾਲਾ ਜਲਾਲ ਜਲਾਲੋਦੀਨ, ਜਿਹਨੇ ਮੇਰੇ ਤੇਗ ਬਹਾਦਰ ਪਾਤਸ਼ਾਹ ਉੱਤੇ ਤੇਗ ਚਲਾਈ ਤੇ ਸੀਸ ਧੜਦੇ ਨਾਲ ਅਲੱਗ ਕੀਤਾ, ਅੱਖਾਂ ਦੇ ਸਾਹਮਣੇ ਆ ਰਿਹਾ ਸੀਨ। ਬਹਾਦਰ ਬਾਬਾ ਬੰਦਾ ਸਿੰਘ ਨੇ ਆਖਿਆ, ਜੋ ਹੋ ਸਮਾਣੇ ਨੂੰ ਤਹਿਸ ਨਹਿਸ ਕਰ ਰਹੇ ਹੋ, ਯਾਦ ਰੱਖਿਓ ਰੋਗ ਨਾਲ ਨੇਤਰ ਹੋ ਗਏ ਲਾਲ, ਸਮਾਣੇ ਦੇ ਵਿੱਚ ਕੋਈ ਵੀ ਐਸਾ ਰਈਸ ਅਮੀਰ ਬੰਦਾ ਜਿਹੜਾ ਆਪਣੀ ਜਾਨ ਨਹੀਂ ਬਚਾ ਸਕਿਆ, ਬਹਾਦਰ ਬਾਬਾ ਬੰਦਾ ਸਿੰਘ ਨੇ ਐਸਾ ਵਾਰ ਕੀਤਾ। ਗੁਰੂ ਪਿਆਰਿਓ ਕੋਲ ਖਲੋਤਾ ਹੋਇਆ ਬਾਬਾ ਬਾਜ ਸਿੰਘ, ਬਾਬਾ ਫਤਿਹ ਸਿੰਘ, ਭਾਈ ਸਾਹਿਬ ਭਾਈ ਭਗਤੂ ਦੀ ਉਸ ਵੰਸ਼ ਵਿੱਚੋਂ। ਅਜੇ ਇੱਥੇ ਵਿਚਾਰਾਂ ਹੋ ਰਹੀਆਂ ਸੀ, ਬਹਾਦਰ ਬਾਬਾ ਬੰਦਾ ਸਿੰਘ ਦਾ ਨਿਸ਼ਾਨਾ ਇੱਕੋ ਹੀ ਹੈ, ਉਹ ਸਰਹੰਦ ਨੂੰ ਮਾਰਨਾ, ਵਜ਼ੀਰ ਖਾਨ ਨੂੰ ਖਤਮ ਕਰਨਾ। ਪਰ ਬਹਾਦਰ ਬਾਬਾ ਬੰਦਾ ਸਿੰਘ ਸੋਚਦਾ ਸੀ ਜਿੰਨਾ ਚਿਰ ਸੂਰਬੀਰ ਯੋਧਿਆਂ ਦਾ ਇਕੱਠ ਵੱਡਾ ਨਾ ਹੋ ਜਾਵੇ। ਤੇ ਬਾਬਾ ਬਾਜ ਸਿੰਘ ਕਹਿੰਦਾ ਸੀ, ਬਹਾਦਰ ਬਾਬਾ ਬੰਦਾ ਸਿੰਘਾ ਮੇਰੇ ਮਨ ਵਿੱਚ ਵਿਚਾਰ ਆਉਂਦੀਆਂ ਕਿ ਜਿੰਨਾ ਚਿਰ ਮਾਝੇ ਵਾਲੇ ਸੂਰਮੇ ਸਾਡੇ ਕੋਲ ਨਹੀਂ ਨਾ ਆ ਜਾਂਦੇ,
ਉਹਨਾਂ ਚਿਰ ਆਪਾਂ ਸਰਹੰਦ ਉੱਤੇ ਹਮਲਾ ਨਾ ਕਰੀਏ। ਉਹ ਕਿੱਥੇ ਸੀ? ਗਿਆਨੀ ਸੁਣ ਸਿੰਘ ਸੀਤਲ ਨੇ ਲਿਖਿਆ, ਮਾਝੇ ਤੋਂ ਵੱਡਾ ਕਾਫਲਾ ਆ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਰੁਕਿਆ ਸੀ। ਰੁਕਿਆ ਕਿਉਂ? ਕਿਉਂਕਿ ਇੱਧਰ ਵਜ਼ੀਰ ਖਾਨ ਨੇ ਮਲੇਰਕੋਟਲੀਏ ਨਵਾਬ ਨੂੰ 5000 ਫੌਜ ਦੇ ਕੇ, 2 ਤੋਪਾਂ ਦੇ ਕੇ ਇਸ ਕਰਕੇ ਤੋਰਿਆ ਸੀ ਕਿ ਤੂੰ ਉਹਨਾਂ ਮਾਝੇ ਵਾਲੇ ਸਿੰਘਾਂ ਨੂੰ ਰੋਕ ਕੇ ਰੱਖਣਾ ਹੈ, ਉਹਨਾਂ ਨੂੰ ਮਕਾ ਦੇਣਾ। ਜੇ ਬਹਾਦਰ ਬਾਬਾ ਬੰਦਾ ਸਿੰਘ ਦੇ ਨਾਲ ਆ ਮਿਲੇ ਤੇ ਯਾਦ ਰੱਖੀ, ਸਾਡੀ ਕੋਈ ਵੀ ਦੁਨੀਆਂ ਦੀ ਤਾਕਤ ਜਾਨ ਨਹੀਂ ਬਚਾ ਸਕਦੀ। ਗੁਰੂ ਪਿਆਰਿਓ, ਕੁਝ ਸਮੇਂ ਵਾਸਤੇ ਰੋਕ ਕੇ ਰੱਖਿਆ ਮਲੇਰਕੋਟਲੀਆ ਇਹਨਾਂ ਨਵਾਬ ਇਹਨਾਂ ਫੌਜਦਾਰਾਂ ਨੇ, ਪਰ ਯੋਧੇ ਕਿਸੇ ਨਾ ਕਿਸੇ ਤਰੀਕੇ, ਇਤਿਹਾਸਕਾਰ ਕਹਿੰਦੇ ਸੀ ਛੱਤ ਬਨੂੜ ਦੇ ਨੇੜੇ ਬਹਾਦਰ ਬਾਬਾ ਬੰਦਾ ਸਿੰਘ ਦੇ ਕੋਲ ਆ ਗਏ। ਜਦੋਂ ਮਿਲਾਪ ਹੋਇਆ ਨਾ ਇਹਨਾਂ ਮਾਝੇ ਵਾਲੇ ਯੋਧਿਆਂ ਦਾ, ਬਾਬਾ ਬਾਜ ਸਿੰਘ ਨੇ ਸ਼ੁਕਰਾਨਾ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ, ਤੇ ਗੁਰੂ ਪਿਆਰਿਓ ਧਿਆਨ ਦਿਓ, ਸੰਢੌਰਾ ਲੁੱਟਿਆ, ਸਮਾਣਾ ਲੁੱਟਿਆ, ਛੱਤ ਬਨੂੜ ਲੁੱਟਿਆ, ਇਹਨਾਂ ਇਲਾਕਿਆਂ ਨੂੰ ਸੜ ਕਰਦਾ ਬਹਾਦਰ ਬਾਬਾ ਬੰਦਾ ਸਿੰਘ। ਤੇ ਜਿਸ ਦਿਨ ਯੋਧਿਆਂ ਨਾਲ ਮਿਲਾਪ ਹੋਇਆ, ਇਤਿਹਾਸਕਾਰ ਕਹਿੰਦੇ ਵੱਡੀ ਸਾਰੀ ਦੇਗ, ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਵੰਡੀ, ਅਰਦਾਸ ਕੀਤੀ ਤੇ ਇੱਧਰ ਖਬਰਾਂ ਪਹੁੰਚਾਈਆਂ। ਵਜ਼ੀਰ ਖਾਨ ਨੇ ਇੱਕ ਚਿੱਠੀ ਲਿਖੀ, ਵਜ਼ੀਰ ਖਾਨਾ ਤਿਆਰ ਹੋ ਜਾ, ਹੁਣ ਤੂੰ ਮੁਕਾਬਲਾ ਕਰਨਾ ਚਾਹੁੰਦਾ ਤੇ ਤਾਂ ਵੀ ਮੈਦਾਨ ਵਿੱਚ ਟੱਕਰ ਆਓ। ਬਹਾਦਰ ਬਾਬਾ ਬੰਦਾ ਸਿੰਘ ਨੇ ਛੱਤ ਬਨੂੜ ਦੇ ਨੇੜਿਓਂ ਇੱਕ ਚਿੱਠੀ ਰਾਹੀਂ ਇਹ ਸੂਬੇ ਸਰਹੰਦ ਵਜ਼ੀਰ ਖਾਨ ਨੂੰ ਇੱਕ ਸੁਨੇਹਾ ਲਾਇਆ ਕਿ ਆ ਗਏ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਹਾਦਰ ਸੂਰਮੇ, ਤਿਆਰ ਹੋ ਜਾ, ਆਓ। ਗੁਰੂ ਪਿਆਰੇ, ਮੈਂ ਤੁਹਾਡੇ ਨਾਲ ਇਸ ਕਾਵਿ ਰਚਨਾ ਦੇ ਰਾਹੀਂ ਸਾਂਝਾ ਕਰਨ ਲੱਗਿਆ। ਮਾਝੇ ਤੋਂ ਆਏ ਹੋਏ ਯੋਧਿਆਂ ਦਾ ਮਿਲਾਪ ਹੋਇਆ ਵੇਖ ਕੇ ਬਹਾਦਰ ਬਾਬਾ ਬੰਦਾ ਸਿੰਘ ਖੁਸ਼ੀ ਦੀ ਲਹਿਰ ਇਹਦੇ ਹਿਰਦੇ ਚ ਦੌੜਦੀ ਹੈ ਤੇ ਜਿਵੇਂ ਵਜ਼ੀਰ ਖਾਨ ਵੱਲੋਂ ਸੁਨੇਹਾ ਭੇਜਦਾ ਉਹ ਵਾਰਤਾ ਆਇਓ। ਬੰਦਾ ਸਿੰਘ ਲਿਖ ਚਿੱਠੀ ਕਾਸਤ ਹੱਥ ਫੜਾ ਦਿੱਤੀ, ਦਸਵੇਂ ਗੁਰ ਦੀ ਬਖਸ਼ੀ ਉੱਪਰ ਮੋਹਰ ਲਗਾ ਦਿੱਤੀ, ਦਸਵੇਂ ਗੁਰ ਦੀ ਬਖਸ਼ੀ ਉੱਪਰ ਮੋਹਰ ਲਗਾ ਦਿੱਤੀ। ਉਹ ਸੁਤਾਰੀ ਨਾ ਸੂਬਿਆ ਹੋ ਕੇ ਹੁਸ਼ਿਆਰੀ, ਉਹ ਬੰਦਾ ਸਿੰਘ ਜੜੇ ਆ ਗਿਆ ਪਰ ਲੈ ਤੂੰ ਤਿਆਰੀ, ਬੰਦਾ ਸਿੰਘ ਜੜੇ ਆ ਗਿਆ ਪਰ ਲੈ ਤੂੰ ਹੱਥ ਫੜਾ ਦਿੱਤੀ, ਦਸਵੇਂ ਗੁਰ ਦੀ ਬਖਸ਼ੀ ਉੱਪਰ ਮੋਹਰ ਲਗਾ ਦਿੱਤੀ, ਦਸਵੇਂ ਗੁਰ ਦੀ ਬਖਸ਼ੀ ਉੱਪਰ ਮੋਹਰ ਲਗਾ ਦਿੱਤੀ। ਉਹ ਸੁਤਾਰੀ ਨਾ ਸੂਬਿਆ ਹੋ ਕੇ ਹੁਸ਼ਿਆਰੀ, ਉਹ ਬੰਦਾ ਸਿੰਘ ਜੜੇ ਆ ਗਿਆ ਪਰ ਲੈ ਤੂੰ ਤਿਆਰੀ, ਬੰਦਾ ਸਿੰਘ ਜੜੇ ਆ ਗਿਆ ਪਰ ਲੈ ਤੂੰ ਤਿਆਰੀ। ਦਸਵੇਂ ਗੁਰ ਦੇ ਬੱਚੇ ਨੀ ਹਾਂ ਖਲਾਰੇ ਤੂੰ, ਮੁੱਢੋਂ ਧਰਕੇ ਚੇਤੇ ਕਰ ਜੋ ਕੀਤੇ ਕਾਰੇ ਤੂੰ, ਮੁੱਢੋਂ ਧਰਕੇ ਚੇਤੇ ਕਰ ਜੋ ਕੀਤੇ ਕਾਰੇ ਤੂੰ। ਰਾਜ ਮਦ ਵਿੱਚ ਆ ਕੇ ਤੇਰੀ ਗਈ ਮਦ ਮਾਰੀ, ਉਹ ਬੰਦਾ ਸਿੰਘ ਜੜੇ ਆ ਗਿਆ ਕਰ ਲੈ ਤੂੰ ਤਿਆਰੀ, ਬੰਦਾ ਸਿੰਘ ਜੜੇ ਆ ਗਿਆ
ਕਰ ਲੈ ਤੂੰ ਤਿਆਰੀ ਬੰਦਾ ਸਿੰਘ ਚੜਿਆ ਗਿਆ ਕਰ ਲੈ ਤੂੰ ਤਿਆਰੀ ਸ਼ਹੀਦਾਂ ਸਿੰਘਾਂ ਦੇ ਅਸਥਾਨਾਂ ਤੇ ਜੋੜ ਮੇਲਿਆਂ ਦੀ ਹਾਜ਼ਰੀ ਭਰ ਰਹੇ ਗੁਰਸਿੱਖ ਪਿਆਰੇ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਛੋਟੇ ਛੋਟੇ ਬੱਚੇ ਬਹੁਤ ਸਾਰਾ ਮਾਨ ਸਨਮਾਨ ਇਤਿਹਾਸ ਦੀ ਕਦਰ ਵਿੱਚ ਭੇਜ ਰਹੇ ਨੇ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰੂ ਪਿਆਰਿਓ ਇਹ ਉਪਰਾਲਾ ਹੁੰਦਾ ਹੈ ਇਹਨਾਂ ਪ੍ਰਬੰਧਕਾਂ ਦਾ ਇਤਿਹਾਸ ਕੌਮ ਦੀ ਜਿੰਦ ਜਾਨ ਹੋਇਆ ਕਰਦਾ ਹੈ ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁਲਾ ਦੇਣ ਤੇ ਉਹ ਸੰਸਾਰ ਦੇ ਨਕਸ਼ੇ ਤੋਂ ਵੀ ਮਿੱਟ ਜਾਂਦੀਆਂ ਇਸ ਵਾਸਤੇ ਉਪਰਾਲਾ ਤੁਹਾਡੇ ਵਾਸਤੇ ਕਰੀਦਾ ਹੈ ਜਿੰਨਾ ਜਲਦੀ ਹੋਵੇ ਨਾ ਆਣ ਕੇ ਦੀਵਾਨ ਵਿੱਚ ਸੱਜਣ ਦੀ ਕਿਰਪਾਲਤਾ ਕਰਿਆ ਕਰੋ ਸਤਿਗੁਰੂ ਬਖਸ਼ਿਸ਼ ਕਰਨ ਆਉਣ ਵਾਲਾ ਲੜੀਵਾਰ ਇਤਿਹਾਸ ਸਾਹਿਬ ਜੀ ਨੇ ਸਰਵਣ ਕਰਨਾ ਹੈ ਉਹ ਮਹਾਨ ਸ਼ਹੀਦ ਸੂਰਬੀਰ ਯੋਧਾ ਬਾਬਾ ਤਾਰਾ ਸਿੰਘ ਜੀ ਵਾ ਜਿਨ੍ਹਾਂ ਦੇ ਅਸਥਾਨਾਂ ਤੇ ਹਾਜ਼ਰੀ ਭਰ ਰਹੇ ਉਹਨਾਂ ਦੀ ਸ਼ਹੀਦੀ ਵਾਰਤਾ ਤੱਕ ਇਹ ਪ੍ਰਸੰਗ ਜਿਹੜਾ ਸਾਡੇ ਤੋਂ ਬਾਅਦ ਆਉਣ ਵਾਲੇ ਜਥਿਆਂ ਨੇ ਲਿਜਾਣਾ ਹੈ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਇਹਨਾਂ ਦੇ ਵੱਡੇ ਸੇਵਾਦਾਰ ਗ੍ਰੰਥੀ ਸਾਹਿਬਾਨ ਬਾਣੀ ਤੇ ਬਾਣੀ ਦੇ ਧਾਰਨੀ ਬਹੁਤ ਸਾਰਾ ਮਾਨ ਸਨਮਾਨ ਉਹਨਾਂ ਵੱਲੋਂ ਵੀ ਹਾਜ਼ਰ ਹੋ ਰਿਹਾ ਸਤਿਗੁਰੂ ਚੜ੍ਹਦੀ ਕਲਾ ਵਿੱਚ ਜਥੇਦਾਰ ਬਲਕਾਰ ਸਿੰਘ ਜੀ ਮਹਾਨ ਸ਼ਹੀਦ ਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਪਵਿੱਤਰ ਨਾਮ ਤੋਂ ਮਾਣ ਭੇਜ ਕੇ ਗਏ ਨੇ ਸਤਿਗੁਰੂ ਬਾਣੀ ਤੇ ਬਾਣੀ ਅੰਦਰ ਪਰਸ ਪਿਆਰ ਪ੍ਰੇਮ ਬਣਾਵੇ ਇਹ ਅਰਦਾਸ ਗੁਰੂ ਪਿਆਰਿਓ ਧਿਆਨ ਦਿਓ ਬਹਾਦਰ ਬਾਬਾ ਬੰਦਾ ਸਿੰਘ ਦੇ ਕੋਲ ਯੋਧੇ ਖਲੋਤੇ ਨੇ ਜਦੋਂ ਚਿੱਠੀ ਪੜ੍ਹੀ ਸੂਬੇ ਸਰਹੰਦ ਵਜ਼ੀਰ ਖਾਂ ਨੇ ਇਹਦਾ ਸਰੀਰ ਇੱਕ ਵਾਰ ਹਿਲਿਆ ਇਹਨੇ ਪਰ ਹਿੰਮਤ ਕਰਕੇ ਜਰਨੈਲ ਸੀ ਇਹਨੇ ਬਹੁਤ ਸਾਰੇ ਕਾਜ਼ਮਾਂ ਨੂੰ ਆਵਾਜ਼ ਦਿੱਤੀ ਕਿ ਜਹਾਦ ਦਾ ਝੰਡਾ ਕੱਢ ਦਿਓ ਧਰਮ ਦੇ ਨਾਂ ਤੇ ਮਰ ਮਿਟਣ ਵਾਸਤੇ ਜਵਾਨਾਂ ਨੂੰ ਤਿਆਰ ਕਰੋ ਗੁਰੂ ਪਿਆਰਿਓ ਇਹ ਸਰਹੰਦ ਦੀ ਧਰਤੀ ਤੋਂ 12 ਮੀਲ ਅੱਗੇ ਆ ਗਿਆ ਚੱਪੜਚਿੜੀ ਦਾ ਮੈਦਾਨ ਇਹਨੇ ਆਣ ਕੇ ਚੁਣਿਆ ਤੇ ਉੱਥੇ ਇਹਨੇ ਬਹੁਤ ਸਾਰੀ ਫੌਜ ਇਕੱਠੀ ਕਰ ਲਈ ਜਿਹਦੀ ਗਿਣਤੀ ਕੋਈ 20,000 ਕੁਝ ਇਹਦੇ ਕੋਲ ਤੋਪਾਂ ਵੀ ਲੰਮੀ ਇੱਕ ਪਾਲ ਹੈ ਇਹਦੇ ਕੋਲ ਹਾਥੀਆਂ ਦੀ ਉਹਨੂੰ ਕੰਧ ਬਣਾ ਕੇ ਖਿਲਾਰਿਆ ਹੋਇਆ ਆਪ ਹਾਥੀ ਦੀ ਹਮਾਰੀ ਵਿੱਚ ਬੈਠਾ ਧਿਆਨ ਦੇਣਾ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਅਜੇ ਵੀ ਆਪਣੇ ਤੇ ਮਾਣ ਹੈ ਕਿ ਮੇਰੇ ਕੋਲ ਫੌਜ ਬੜੀ ਵੱਡੀ ਹੈ ਕਦੇ ਸਮਾਂ ਸੀ ਇਹਨੇ ਇੱਕ ਪੈਂਤੜਾ ਹੋਰ ਖੇਡਿਆ ਇਹਨੇ ਸੁੱਚੇ ਨਾਮ ਦਾ ਭਤੀਜਾ ਉਹਨੂੰ 1,000 ਦਸਤਾ ਦੇ ਕੇ ਫੌਜਾਂ ਦਾ ਭੇਜ ਦਿੱਤਾ ਬਹਾਦਰ ਬਾਬਾ ਬੰਦਾ ਸਿੰਘ ਦੇ ਕੋਲ ਗੱਲ ਇਹ ਬਣਾ ਦਿੱਤੀ ਇਹ ਸਮਝਾ ਦਿੱਤਾ ਤੇ ਕਹਿ ਦੇਣੀ ਕਿ ਮੈਂ ਆਪਣੇ ਚਾਚੇ ਮੈਂ ਸੂਬੇ ਸਰਹੰਦ ਵਜ਼ੀਰ ਖਾਂ ਤੋਂ ਔਖਾ ਹੋ ਕੇ ਕਿਉਂਕਿ ਮੇਰਾ ਕੁਝ ਹੱਕ ਉਹਨਾਂ ਨੇ ਦਬਾ ਲਿਆ ਮੈਂ ਬਹਾਦਰ ਬਾਬਾ ਬੰਦਾ ਸਿੰਘ ਤੇਰੇ ਕੋਲ ਪਨਾਹ ਲੈਣ ਵਾਸਤੇ ਤੇਰੀ ਮਦਦ ਵਾਸਤੇ ਆਇਆ ਇਹਨੇ ਗੱਲਾਂ ਬਣਾਈਆਂ ਸੁੱਚੇ ਨੰਦ ਦੇ ਭਤੀਜੇ ਨੇ 1,000 ਇਹਦੇ ਕੋਲ ਫੌਜ ਦਾ ਦਸਤਾ ਸੀ ਬਹਾਦਰ ਬਾਬਾ ਬੰਦਾ ਸਿੰਘ ਨੂੰ ਸ਼ੱਕ ਤੇ ਜ਼ਰੂਰ ਸੀ ਪਰ ਯਾਦ ਰੱਖਿਓ ਰੱਖ ਲਿਆ ਆਪਣੀ ਫੌਜ ਵਿੱਚ ਇਸ ਗੱਲ ਉੱਤੇ ਗੁਰੂ ਪਿਆਰੇ ਧਿਆਨ ਦਿਓ ਸਲੌਦੀ ਪਿੰਡ ਦੇ ਆਲੀ ਸਿੰਘ ਤੇ ਮਾਲੀ ਸਿੰਘ ਦੋ ਯੋਧੇ ਸੀ ਇਤਿਹਾਸਕਾਰਾਂ ਲਿਖਿਆ ਹੈ ਸੂਬੇ ਸਰਹੰਦ ਇਹਦੇ ਕੋਲ ਕਰਦੇ ਸੀ ਨੌਕਰੀ ਟਾਂਚ ਕਰਕੇ ਨਾ ਸੂਬੇ ਸਰਹੰਦ ਵਜ਼ੀਰ ਖਾਂ ਨੇ ਆਖਿਆ ਆਲੀ ਸਿੰਘ ਮਾਲੀ ਸਿੰਘ ਸੁਣਿਆ ਤੁਹਾਡਾ ਇੱਕ ਬੰਦਾ ਆਇਆ ਨਦੇੜ ਦੀ ਧਰਤੀ ਤੋਂ ਤੇ ਮੈਂ ਤੇ ਪਹਿਲਾਂ ਗੁਰੂ ਨੂੰ ਇੱਥੋਂ ਭਜਾ ਦਿੱਤਾ ਤੇ ਨਦੇੜ ਜਾ ਕੇ ਮਰਿਆ ਖਤਮ ਹੋਇਆ ਜਦੋਂ ਐਸੀ ਗੱਲ ਸੁਣੀ ਨਾ ਤੇ ਫਿਰ ਯੋਧਿਆਂ ਦੇ ਹਿਰਦੇ ਚ ਰੋਹ ਜਾਗਿਆ ਚੜ੍ਹਦੀ ਕਲਾ ਦੇ ਬੋਲਾਂ ਨਾਲ ਵਜ਼ੀਰ ਖਾਂ ਨੂੰ ਜਵਾਬ ਦਿੱਤਾ ਤੇ ਉਹਨੇ ਫਿਰ ਇਹ ਕਦਮ ਕੀਤਾ ਵੀ ਕੈਦ ਵਿੱਚ ਪਾ ਦਿੱਤੇ ਆਲੀ ਸਿੰਘ ਤੇ ਮਾਲੀ ਸਿੰਘ ਉਸ ਕੈਦ ਵਿੱਚੋਂ ਛੁੱਟ ਕੇ ਨਾ ਇਹ ਆ ਕੇ ਬਹਾਦਰ ਬਾਬਾ ਬੰਦਾ ਸਿੰਘ ਨਾਲ ਰਲਦੇ ਨੇ ਇਹ ਵੀ ਫੌਜ ਵਿੱਚ ਸ਼ਾਮਲ ਹੁੰਦੇ ਨੇ ਇਹ ਵਜ਼ੀਰ ਖਾਂ ਦਾ ਮੁਕਾਬਲਾ ਕਰਨ ਵਾਸਤੇ ਆਓ ਗੁਰੂ ਪਿਆਰਿਓ ਜਲਦੀ ਨਾਲ ਸੰਖੇਪ ਵਿੱਚ ਜਾਣਾ ਸਮਾਂ ਮੇਰੇ ਕੋਲ ਇੰਨਾ ਨਹੀਂ
ਵਜ਼ੀਰ ਖਾਨ ਨੇ 20,000 ਫੌਜ ਕੁਝ ਤੋਪਾਂ ਹਾਥੀਆਂ ਦੀ ਲੰਮੀ ਪਾਲ ਕੰਧ ਬਣਾ ਕੇ ਚੱਪੜਚਿੜੀ ਦੇ ਮੈਦਾਨ ਵਿੱਚ ਆ ਗਿਆ। ਇੱਧਰ ਬਹਾਦਰ ਬਾਬਾ ਬੰਦਾ ਸਿੰਘ ਨੇ ਫੌਜ ਨੂੰ ਤਿੰਨਾਂ ਹਿੱਸਿਆਂ 'ਚ ਵੰਡ ਦਿੱਤਾ। ਇੱਕ ਹਿੱਸਾ ਮਾਲਵੇ ਦੀ ਧਰਤੀ ਤੇ ਵਸਣ ਵਾਲਾ ਬਹਾਦਰ ਬਾਬਾ ਫਤਿਹ ਸਿੰਘ ਇਹਨੂੰ ਦਿੱਤਾ ਹੈ। ਇੱਕ ਸੂਰਬੀਰ ਯੋਧਾ ਬਾਬਾ ਬਾਦ ਸਿੰਘ ਹੈ, ਜਿਹਦੇ ਕਰਤਵਾਂ ਤੋਂ ਦੁਸ਼ਮਣ ਅਕਸਰ ਜਾਣੂ ਸੀ। ਗੁਰੂ ਪਿਆਰੇ ਬੜੀ ਚੜ੍ਹਦੀ ਕਲਾ ਦੇ ਨਾਲ ਬਾਦ ਵਰਗੀ ਆਖਿਆ ਫੁਰਤੀਲਾ ਯੋਧਾ, ਇੱਕ ਹਿੱਸਾ ਇਹਨੂੰ ਫੌਜ ਦਾ ਵੰਡ ਦਿੱਤਾ, ਇੱਕ ਹਿੱਸਾ ਆਪਣੇ ਕੋਲ ਬਹਾਦਰ ਬਾਬਾ ਬੰਦਾ ਸਿੰਘ ਨੇ ਆਖਿਆ। ਤਿੰਨਾਂ ਹਿੱਸਿਆਂ ਵਿੱਚ ਫੌਜ ਵੰਡ ਕੇ ਬਹਾਦਰ ਬਾਬਾ ਬੰਦਾ ਸਿੰਘ ਨੇ ਆਖਿਆ ਜੋ ਜੋ ਤਿਆਰ ਹੋ ਜਾਓ। ਵਜ਼ੀਰ ਖਾਂ ਬੁੱਢਾ ਜਰਨੈਲ ਹੈ, ਆਪਣੇ ਆਪ ਨੂੰ ਖਾਉਂਦਾ, ਤਿਆਰੀ ਕਰਕੇ ਬੈਠਾ ਹੈ, ਕੋਈ ਘੱਟ ਨਹੀਂ। ਇਸ ਵਾਸਤੇ ਚੜ੍ਹਦੀ ਕਲਾ ਨਾਲ ਯਾਦ ਰੱਖਿਓ, ਉਹਨਾਂ ਲਾਲਾਂ ਦੀ ਕੁਰਬਾਨੀ ਨੂੰ ਆਪਣੇ ਹਿਰਦੇ 'ਚ ਵਸਾ ਕੇ ਤੁਰਿਓ, ਤੇ ਐਸਾ ਭਰਵਾਂ ਵਾਰ ਕਰਨਾ ਹੈ ਇਹ ਵਜ਼ੀਰ ਖਾਂ ਮੈਦਾਨ ਵਿੱਚੋਂ ਦੌੜ ਕੇ ਨਾ ਜਾਵੇ। ਆਓ ਗੁਰੂ ਪਿਆਰਿਓ, ਚੜ੍ਹਦੀ ਕਲਾ ਦੇ ਸੂਰਬੀਰ ਯੋਧੇ ਤਿੰਨਾਂ ਹਿੱਸਿਆਂ ਵਿੱਚ ਬਹਾਦਰ ਬਾਬਾ ਬੰਦਾ ਸਿੰਘ ਨੇ ਫੌਜ ਨੂੰ ਵੰਡਿਆ, ਇੱਕ ਹਿੱਸਾ ਬਾਬਾ ਫਤਿਹ ਸਿੰਘ ਬਾਬਾ ਬਾਜ ਸਿੰਘ ਇਸ ਹਿੱਸੇ, ਇੱਕ ਹਿੱਸਾ ਬਹਾਦਰ ਬਾਬਾ ਬੰਦਾ ਸਿੰਘ ਨੇ ਕੋਲ ਰੱਖਿਆ। ਕਿਵੇਂ ਤਿਆਰੀ ਕਰ ਰਹੇ ਨੇ ਚੱਪੜਚਿੜੀ ਦੇ ਮੈਦਾਨ ਵੱਲੋਂ ਚੜ੍ਹਦੇ ਜਾਂਦੇ ਸੂਰਬੀਰ ਯੋਧੇ, ਉਹ ਕਹਾਣੀ ਵਾਰਤਾ ਕਾਵ ਰਚਨਾ ਆਪ ਜੀ ਨਾਲ। ਸਤਾਰਾਂ ਸੌ ਦਸ ਈਸਵੀ ਪੰਜਵਾਂ ਮਹੀਨਾ, ਸੂਰਜ ਨੇ ਗਰਮਾ ਦਿੱਤਾ ਧਰਤੀ ਦਾ ਸੀਨਾ। ਜੈਕਾਰੇ ਸਿੰਘ ਦੇ ਸ਼ਮੇਜ ਦੇ ਰਾਜੋੜੇ ਨਗਾਰੇ।
ਢਾਡੀ ਜਨ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਅਮਰਕੋਟ, ਸਤਿਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ। ਸਤਿਗੁਰ ਦਾ ਛਾਨਾ ਮੱਤਾ ਇਤਿਹਾਸ ਢਾਡੀ ਵਾਰਾਂ ਦੇ ਰਾਹੀਂ ਸਾਂਝਾ ਕਰਦੇ ਨੇ, ਪਹੁੰਚੇ ਨੇ। ਜੀਵ ਆਇਆਂ ਨੂੰ ਕਿਹਾ ਜਾਂਦਾ ਬਹੁਤ ਸਾਰਾ ਮਾਣ ਭੇਜ ਕੇ ਨੇ। ਸਰਦਾਰ ਮੇਜਰ ਸਿੰਘ ਜੀ ਯੂਕੇ, ਰਵਿੰਦਰ ਸਿੰਘ ਜੀ ਯੂਕੇ, ਜੁਬਰਾਜ ਸਿੰਘ ਜੀ ਯੂਕੇ, ਇਹਨਾਂ ਸਾਰੇ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਸਾਰਾ ਮਾਨ ਸਨਮਾਨ ਪਰਿਵਾਰ ਵੱਲੋਂ ਹਾਜ਼ਰ ਹੁੰਦਾ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰ। ਸਰਦਾਰ ਪੂਰਨ ਸਿੰਘ ਜੀ, ਮਹਾਨ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਹ, ਉਹਨਾਂ ਦੀ ਪਾਵਕ ਪਵਿੱਤਰ ਕੁਰਬਾਨੀ ਤੋਂ, ਉਹਨਾਂ ਦੇ ਨਾਮ ਤੋਂ ਬਹੁਤ ਸਾਰਾ ਮਾਣ ਭੇਜਦੇ ਨੇ। ਮਨਪ੍ਰੀਤ ਸਿੰਘ ਜੀ, ਉਹਨਾਂ ਵਾਸਤੇ ਅਰਦਾਸ ਹੈ ਸ਼ਹੀਦਾਂ ਸਿੰਘਾਂ ਦੇ ਪਾਵਨ ਸਥਾਨਾਂ 'ਤੇ ਸਤਿਗੁਰੂ ਦੇ ਚਰਨਾਂ ਵਿੱਚ, ਕਿ ਵਿਦੇਸ਼ ਵਿੱਚ ਨੇ, ਤੰਦਰੁਸਤ ਨਹੀਂ, ਸਤਿਗੁਰੂ ਕਿਰਪਾ ਕਰੋ ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਕਾਰੋਬਾਰ ਦੀ ਤਰੱਕੀ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਨ। ਵੀਰ ਜੱਗਾ ਸਿੰਘ ਦੇ ਨਾਮ 'ਤੇ ਬਹੁਤ ਸਾਰਾ ਮਾਨ ਸਨਮਾਨ ਹਾਜ਼ਰ ਹੁੰਦਾ। ਆਓ, ਸਤਿਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ। ਜਿਹੜੀਆਂ ਸੰਗਤਾਂ ਅਜੇ ਵੀ ਬਾਹਰ ਇੱਧਰ ਉੱਧਰ ਘੁੰਮ ਰਹੇ ਹੋ, ਪ੍ਰਸ਼ਾਦ ਪਾਣੀ, ਲੰਗਰ ਪਾਣੀ ਛੱਕ ਕਰਕੇ ਆਣ ਕਰਕੇ ਸਤਿਗੁਰੂ ਦੇ ਸਨਮੁਖ ਸੱਜਣ ਦੀ ਕਿਰਪਾਲਤਾ ਕਰੋ। ਸੋਹਣਾ ਪ੍ਰਬੰਧ ਹੈ, ਪੰਡਾਲ ਲੱਗਾ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਪ੍ਰਕਾਸ਼ ਮਾਨੇ, ਜੇ ਆਪਾਂ ਘਰ ਤੋਂ ਵੀ ਚੱਲ ਕੇ ਆ ਗਏ ਹਾਂ ਤੇ ਇਹ ਨਾ ਹੋਵੇ ਆਪਾਂ ਫਿਰ ਵੀ ਗੈਰ ਹਾਜ਼ਰ ਰਹਿ ਜਾਈਏ। ਸਤਿਗੁਰੂ ਦੇ ਚਰਨਾਂ ਦੇ ਕੋਲ ਆਣ ਕੇ ਸਤਿਗੁਰੂ ਦੇ ਸਨਮੁਖ ਆਣ ਕਰਕੇ ਬੈਠਣ ਦੀ ਕਿਰਪਾਲਤਾ ਕਰੋ। ਕੌਮ ਦਾ ਸ਼ਾਨ ਮੱਤਾ ਇਤਿਹਾਸ ਜਿਹੜਾ ਹੈ, ਕਿਉਂਕਿ ਸਾਡਾ ਪੁੰਨੀ ਵਡਿਆਈਆਂ ਗੁਰੂ ਦੀਆਂ ਤੇ ਗੁਰੂ ਦੇ ਯੋਧਿਆਂ ਦਾ ਇਤਿਹਾਸ ਤੁਹਾਨੂੰ ਸੁਣਾਉਣ ਵਾਸਤੇ ਹੁਕਮ ਲੱਗਾ। ਮੇਰੇ ਤੋਂ ਬਾਅਦ ਵੀ ਜੱਥੇ ਜਿਹੜੇ ਨੇ ਸਤਿਗੁਰੂ ਦੀ ਬਖਸ਼ ਸਦਕਾ ਲੜੀਵਾਰ ਆਪ ਜੀ ਨਾਲ ਇਤਿਹਾਸ ਨੂੰ ਸਾਂਝਾ ਕਰਨਾ ਹੈ। ਆਓ ਗੁਰੂ ਪਿਆਰਿਓ, ਚੱਪੜ ਚਿੜੀ ਦੇ ਮੈਦਾਨ ਵਿੱਚ ਸੂਬਾ ਸਰਹੰਦ ਵਜ਼ੀਰ ਖਾਂ ਆਪਣੀ ਫੌਜ ਤੋਂ ਪਿੱਛੇ ਖਲੋਤਾ ਅਗਵਾਈ ਕਰ ਰਿਹਾ ਸੀ। ਹਾਥੀ ਦੀ ਹਵਾਰੀ ਵਿੱਚ ਬੈਠਾ, ਆਪਣੀ ਫੌਜ ਵੱਲ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਕਹਿੰਦਾ, ਮੇਰਾ ਕੀ ਵਿਗਾੜ ਲਵੇਗਾ ਬਹਾਦਰ ਬਾਬਾ ਬੰਦਾ ਸਿੰਘ? ਮੇਰੇ ਕੋਲ ਇੰਨੀਆਂ ਤੋਪਾਂ ਨੇ, ਮੇਰੇ ਕੋਲ ਹਾਥੀਆਂ ਦੀ ਲੰਮੀ ਪਾਲ ਹੈ, ਵੱਡੀ ਕੰਧ ਬਣਾ ਕੇ ਖਲੋਤਾ ਸੀ। ਇੱਧਰ ਸੂਰਬੀਰ ਯੋਧੇ ਆ ਗਏ ਕੋਲ। ਬਹਾਦਰ ਬਾਬਾ ਬੰਦਾ ਸਿੰਘ ਨੇ ਇਸ਼ਾਰਾ ਕੀਤਾ ਬਾਬਾ ਫਤਿਹ ਸਿੰਘ ਵੱਲ, ਬਾਬਾ ਬਾਜ ਸਿੰਘ ਵੱਲ, ਤੇ ਗੁਰੂ ਪਿਆਰਿਓ, ਇੱਧਰ ਸੂਬੇ ਸਰਹੰਦ ਵਜ਼ੀਰ ਖਾਂ ਨੇ ਆਪਣੀਆਂ ਤੋਪਾਂ ਨੂੰ ਅੱਗ ਵਿਖਾਈ। ਜਦੋਂ ਤੋਪਾਂ ਵਿੱਚੋਂ ਗੋਲੇ ਨਿਕਲੇ ਤੇ ਗੁਰੂ ਪਿਆਰਿਓ, ਕੁਝ ਕੁ ਨੁਕਸਾਨ ਸਿੰਘਾਂ ਦਾ ਹੋਇਆ, ਪਰ ਯਾਦ ਰੱਖਿਓ, ਇੰਨੀਆਂ ਜਾਨਾਂ ਲੁਣ ਕੇ ਜੋਧੇ ਮਰਦ ਸੂਰਮੇ ਲੜਦੇ ਨੇ, ਤੇ ਬਹਾਦਰ ਬਾਬਾ ਬੰਦਾ ਸਿੰਘ ਇਸ ਗੱਲ ਦੀ ਵੰਗਾਰ ਦਿੰਦਾ, ਲਲਕਾਰ ਦਿੰਦਾ, ਜੋਧੇ ਉਹ ਬੈਠਾ ਹੋਇਆ ਸੂਬਾ ਸਰਹੰਦ ਵਜ਼ੀਰ ਖਾਂ ਕਿਤੇ ਬਚ ਕੇ ਨਾ ਜਾਵੇ, ਇਹਨੇ ਜੋ ਕਹਿਰ ਦੇ ਲਾਲਾ ਉੱਤੇ ਢਾਇਆ ਸੀ, ਸ਼ਹੀਦ ਕੀਤਾ ਸੀ, ਅੱਜ ਸਾਡੇ ਕਾਬੂ ਵਿੱਚ ਹੈ, ਅੱਜ ਮੈਦਾਨ ਵਿੱਚੋਂ ਕਿਤੇ ਭੱਜ ਕੇ ਨਾ ਜਾਵੇ। ਗੁਰੂ ਪਿਆਰਿਓ, ਮੈਂ ਤੁਹਾਡੇ ਨਾਲ ਕੋਰੜੇ ਛੰਦ ਰਾਈ ਜੰਗ ਦਾ ਸੀਨ ਸਾਂਝਾ ਕਰਨਾ ਹੈ। ਬਾਬਾ ਫਤਿਹ ਸਿੰਘ ਤੇ ਬਾਬਾ ਬਾਜ ਸਿੰਘ ਹੁਣ ਤੱਕ ਲੜ ਰਹੇ ਸੀ, ਪਿੱਛੇ ਖਲੋਤਾ ਹੋਇਆ ਬਹਾਦਰ ਬਾਬਾ ਬੰਦਾ ਸਿੰਘ, ਇਹਨਾਂ ਨੂੰ ਹੱਲਾ ਸ਼ੇਰੀ ਦਿੰਦਾ ਹੋਇਆ, ਲਲਕਾਰ ਭਰੇ ਬੋਲਾਂ ਦੇ ਨਾਲ ਇਹਨਾਂ ਦੇ ਹਿਰਦੇ ਵਿੱਚ ਰੋਹਬ ਜਗਾਉਂਦਾ ਹੋਇਆ, ਜਿਵੇਂ ਇੱਧਰ ਲੰਮੀ ਹਾਥੀਆਂ ਦੀ ਪਾਲ, ਇੱਕ ਹਾਥੀ ਉੱਤੇ ਵਾਰ ਕੀਤਾ ਬਾਬਾ ਬਾਜ ਸਿੰਘ ਬਾਬਾ ਫਤਿਹ ਸਿੰਘ ਨੇ, ਦੂਜੇ ਤੇ ਵਾਰ ਕੀਤਾ, ਦੋ ਹਾਥੀ ਧਰਤੀ ਤੇ ਡਿੱਗੇ, ਤੇ ਬਾਕੀ ਜਿਹੜੀ ਲੰਮੀ ਪਾਲ ਸੀ ਕੰਧ ਬਣਾ ਕੇ ਹਾਥੀ, ਉਹ ਪਤਾ ਹੀ ਨਾ ਲੱਗਾ, ਕੁਝ ਮਿੰਟਾਂ ਵਿੱਚ ਖਿੰਡ ਪੁੰਡ ਗਏ। ਤੇ ਗੁਰੂ ਪਿਆਰਿਓ, ਬਹਾਦਰ ਬਾਬਾ ਬੰਦਾ ਸਿੰਘ ਨੇ ਆਖਿਆ, ਜੋਧਿਓ ਸ਼ਾਬਾਸ਼, ਜਿਵੇਂ ਜੰਗ ਦਾ ਸੀਨ ਹੈ, ਬਾਬਾ ਫਤਿਹ ਸਿੰਘ ਬਾਬਾ ਬਾਜ ਸਿੰਘ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਚਾਬਾ ਛਕਾਉਂਦੇ ਹੋਏ, ਧਰਤੀ ਤੇ ਗਿਰਾਉਂਦੇ ਹੋਏ ਇਹਨਾਂ ਦੁਸ਼ਮਣ ਦੀਆਂ ਫੌਜਾਂ ਨੂੰ, ਉਹ ਸਾਰਾ ਹਾਲ ਵਾਤਾਵਰਣ ਐਂ ਬਾਰਾਂ ਮਈ ਸਵੇਰ ਹੋਈ ਰੁਸ਼ਨਾਈ ਸੀ, ਦੋਹਾਂ ਤੇਰਾ ਚੋਟ ਧੌਂਸਿਆਂ ਤੇ ਲਾਈ ਜੀ, ਉਹ ਜਾਣੀ ਭੁੱਖੇ ਸ਼ੇਰ ਛੇਲਿਆਂ ਦੇ ਡੁੱਟ ਪਏ, ਮਾਰੇ ਮਾਰ ਕਰਦੇ ਜਾ
ਛੋਟ ਪਏ ਮਾਰੋ ਮਾਰ ਕਰ ਦੇ ਜਵਾਨ ਜੋਡ ਪਏ ਮੋਟੀ ਯਾਰ ਆ ਕੀ ਸੱਚ ਧੱਜ ਕੇ ਵਰਦੀ ਜਵਾਨਾਂ ਤਾਈ ਭੱਜ ਭੱਜ ਕੇ ਚੜ੍ਹਦੀ ਕਲਾ ਦੇ ਯੋਧਿਆਂ ਦੇ ਸੂਰਬੀਰ ਗਾਥਾਵਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਜੀਓ ਆਇਆਂ ਨੂੰ ਕਿਹਾ ਜਾਂਦਾ। ਆਓ ਗੁਰੂ ਪਿਆਰਿਓ, ਮੈਂ ਜਲਦੀ ਨਾਲ ਦੋ ਚਾਰ ਮਿੰਟ ਅੰਦਰ ਸਮਾਪਤੀ ਕਰਨੀ ਹੈ ਕਾਵਰਤ ਨਾਲ ਸਾਂਝੀ ਕਰਕੇ। ਸਤਿਗੁਰ ਦੀਆਂ ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰੂ ਦਰਬਾਰ ਵਿੱਚ ਨਤਮਸਤਕ ਹੋ ਰਹੇ ਹੋ, ਨਾਲ ਨਾਲ ਪਿਛਲੀ ਜਥੇ ਦਾ ਵੀ ਮਾਣ ਕਰ ਰਹੇ ਹੋ, ਮੈਂ ਧੰਨਵਾਦੀ ਹਾਂ। ਸਟੇਜ ਉੱਤੇ ਬੈਠੇ ਹੋਏ ਜਿੰਨੇ ਵੀ ਸੂਝਵਾਨ ਵਿਦਵਾਨ ਜਨ, ਭਾਈ ਗੁਰਲਾਲ ਸਿੰਘ ਜੀ ਪ੍ਰਚਾਰਕ ਤੋਂ ਸਾਡੇ ਤੋਂ ਪਹਿਲਾਂ ਆਪ ਜੀ ਨਾਲ ਸਤਿਗੁਰ ਦਾ ਮਾਣ ਮੱਤਾ ਇਤਿਹਾਸ ਜਿਹੜਾ ਉਹ ਸਾਂਝਾ ਕਰਕੇ ਗਏ ਸੀ, ਗੁਰਬਾਣੀ ਵਿਚਾਰ, ਧੰਨਵਾਦੀ ਹੈ। ਬਹੁਤ ਸਾਰਾ ਮਾਣ ਵੀ ਆਇਆ। ਗੁਰੂ ਪਿਆਰਿਓ, ਬਹਾਦਰ ਬਾਬਾ ਬੰਦਾ ਸਿੰਘ ਦੇ ਸੂਰਬੀਰ ਯੋਧੇ ਜਾਨਾਂ ਲੁੱਟ ਕੇ ਲੜਦੇ ਰਹੇ। ਇਤਿਹਾਸਕਾਰ ਕਹਿੰਦੇ ਜਦੋਂ ਵੇਖਿਆ ਨਾ ਹਾਥੀਆਂ ਦੀ ਪਾਲ ਟੁੱਟ ਗਈ, ਹਾਥੀ ਖਿੰਡ ਫੁੰਡ ਗਏ, ਕੁਝ ਫੌਜ ਮਾਰੀ ਗਈ ਸੂਬੇ ਸਰਹੰਦ ਵਜ਼ੀਰ ਖਾਨ ਦੀ, ਇਹ ਹਾਥੀ ਹਮਾਰੀ ਤੋਂ ਥੱਲੇ ਉੱਡੇ ਆ, ਘੋੜੇ ਤੇ ਸਵਾਰ ਹੋਇਆ ਤੇ ਮੁਕਾਬਲਾ ਕਰਨ ਵਾਸਤੇ ਜੰਗ ਦੇ ਮੈਦਾਨ ਵਿੱਚ ਆ ਗਿਆ। ਗੁਰੂ ਪਿਆਰਿਓ ਧਿਆਨ ਦਿਓ, ਬਹਾਦਰ ਬਾਬਾ ਬੰਦਾ ਸਿੰਘ ਉਹਦੇ ਕੋਲ ਆਇਆ ਹੋਇਆ ਸੁੱਚਾ ਨੰਦ ਦਾ ਜਿਹੜਾ ਭਤੀਜਾ ਸੀ, 1000 ਫੌਜ ਦਾ ਦਸਤਾ ਲੈ ਕੇ ਜਿਹੜਾ ਸਕੀਮ ਬਣੀ ਸੀ ਉਹ ਐਨ ਟਾਈਮ ਉਦੋਂ ਦੌੜਿਆ ਜਦੋਂ ਘਮਸਾਨ ਦਾ ਯੁੱਧ ਮੱਚਿਆ ਸੀ। ਇੱਕ ਪਾਸਾ ਸਿੰਘਾਂ ਦਾ ਖਾਲੀ ਹੋ ਗਿਆ, ਧਿਆਨ ਦੇਣਾ ਕੁਝ ਲੁਟੇਰੇ ਲੋਕ ਇਸ ਮਨਸ਼ਾ ਨਾਲ ਆਏ ਸੀ। ਜਦੋਂ ਇਹ ਤੋਪਾਂ ਚੱਲੀਆਂ ਸੂਬੇ ਸਰਹੰਦ ਵਜ਼ੀਰ ਖਾਨ ਦੀ ਫੌਜ ਨੇ ਹਮਲਾ ਕੀਤਾ, ਉਹ ਵੀ ਹਰਨ ਹੋ ਗਏ। ਹੁਣ ਰਹਿ ਗਏ ਉਹ ਜਿਨ੍ਹਾਂ ਦੇ ਹਿਰਦੇ ਵਿੱਚ ਇਸ ਗੱਲ ਦਾ ਰੋਗ ਸੀ ਕਿ ਸੂਬਾ ਸਰਹੰਦ ਵਜ਼ੀਰ ਖਾਨ ਤੇ ਸਰਹੰਦ ਨੂੰ ਮਾਰਨਾ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾਂ ਦਾ ਉਹਨਾਂ ਨੂੰ ਸ਼ਹੀਦ ਕਰਨ ਵਾਲਾ ਬਹੁਤ ਵੱਡਾ ਦੋਸ਼ੀ ਹੈ। ਇਹ ਗੱਲ ਇਹ ਘਾਟ ਇਹਨਾਂ ਯੋਧਿਆਂ ਦੀ ਪੂਰਾ ਕਰ ਰਹੀ ਸੀ, ਇਹਨਾਂ ਦੇ ਅੰਦਰ ਰੋਹਬ ਹੈ, ਇਹਨਾਂ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਸੀ। ਆਓ ਗੁਰੂ ਪਿਆਰਿਓ ਧਿਆਨ ਦਿਓ, ਇਤਿਹਾਸਕਾਰ ਕਹਿੰਦੇ ਨੇ ਬਹਾਦਰ ਬਾਬਾ ਬੰਦਾ ਸਿੰਘ ਦੇ ਸੂਰਬੀਰ ਯੋਧਿਆਂ ਨੇ ਜਦੋਂ ਉਤਰਿਆ ਇਹ ਵਜ਼ੀਰ ਖਾਂ ਮੁਕਾਬਲੇ ਉੱਤੇ, ਇਤਿਹਾਸਕਾਰ ਕਹਿੰਦੇ ਇੱਕ ਤੀਰ ਵੱਜਾ, ਇਹਦਾ ਘੋੜਾ ਧਰਤੀ ਤੇ ਜਾ ਪਿਆ, ਕੁਝ ਵਾਰ ਇਹਦੇ ਤੇ ਹੋਏ, ਅੱਧ ਮੋਇਆ ਹੋਇਆ, ਇਹ ਜ਼ਖਮੀ ਹੋਇਆ ਤੇ ਬਹਾਦਰ ਬਾਬਾ ਫਤਿਹ ਸਿੰਘ ਤੇ ਬਾਬਾ ਬਾਦ ਸਿੰਘ ਨੇ ਘੇਰਾ ਪਾ ਕੇ ਇਹਨਾਂ ਨੂੰ ਪਕੜ ਲਿਆ। ਗਿਆਨੀ ਸੋਹਣ ਸਿੰਘ ਸੀਤਲ ਜੀ ਉਹਨਾਂ ਨੇ ਵਾਰਤਾ ਇਵੇਂ ਲਿਖੀ ਹੈ, ਇਹਨੂੰ ਘੇਰਾ ਪਾ ਕੇ ਘੇਰ ਕੇ ਪਕੜ ਲਿਆ ਗਿਆ। ਜਦੋਂ ਧਰਤੀ ਤੇ ਡਿੱਗਾ ਫੌਜ ਨੂੰ ਲੱਗਾ ਕਿ ਸਾਡਾ ਤੇ ਵੱਡਾ ਜਿਹੜਾ ਜਰਨੈਲ ਹੈ ਸੂਬਾ ਸਰਹੰਦ ਵਜ਼ੀਰ ਖਾਂ ਮਾਰਿਆ ਗਿਆ, ਰਹਿੰਦੀ ਫੌਜ ਦੌੜ ਗਈ, ਕੁਝ ਜਾਨਾਂ ਬਚਾ ਕੇ ਦੌੜੇ, ਕੁਝ ਜਾਨਾਂ ਗਵਾ ਕੇ, ਤੇ ਯਾਦ ਰੱਖਿਓ ਧਰਤੀ ਤੇ ਗਿਰ ਗਏ। ਇੱਧਰ ਸੂਰਬੀਰ ਯੋਧਿਆਂ, ਬਹਾਦਰ ਬਾਬਾ ਬੰਦਾ ਸਿੰਘ ਨੇ ਦੇਰੀ ਨਾ ਲਾਈ, ਉਹ ਜਲਦੀ ਨਾਲ ਅੱਗੇ ਜਾ ਰਿਹਾ ਹੈ। 12
ਮੀਲ ਦੀ ਦੂਰੀ ਸੀ ਸਰਹੰਦ ਦੀ ਧਰਤੀ ਤੇ। ਪੈਂਡਾ ਮੁਕਾਉਂਦਿਆਂ ਬਹਾਦਰਾਂ ਨੇ ਦੇਰੀ ਨਾ ਲਾਈ, ਸਰਹੰਦ ਵਿੱਚ ਪ੍ਰਵੇਸ਼ ਕੀਤਾ, ਫਿਰ ਉਹਨਾਂ ਲੋਕਾਂ ਨੂੰ ਮੌਤ ਦੇ ਘਾੜ ਉਤਾਰਿਆ। ਸੂਬਾ ਸਰਹੰਦ ਵਜ਼ੀਰ ਖਾਂ ਕੋਲ ਬੱਧਾ ਹੋਇਆ ਬਹਾਦਰਾਂ ਦੇ। ਆਹ ਗੁਰੂ ਪਿਆਰੇ ਬਹਾਦਰ ਬਾਬਾ ਬੰਦਾ ਸਿੰਘ ਲਾ ਕੇ ਦਰਬਾਰ ਸੁੱਚਾ ਆਨੰਦ ਵਰਗਿਆਂ ਨੂੰ ਸਾਹਮਣੇ ਉਹਨਾਂ ਦਾ ਬਾਲ ਬੱਚਾ ਕਤਲ ਕੀਤਾ ਜਾਂਦਾ ਹੈ, ਮਾਰਿਆ ਜਾਂਦਾ ਹੈ, ਇਹ ਯਾਦ ਕਰਵਾਇਆ ਜਾਂਦਾ ਹੈ। ਸੁੱਚਾ ਆਨੰਦ ਵੇਖ ਸਾਹਮਣੇ ਜਦੋਂ ਗੁਰੂ ਦੇ ਲਾਲ ਸ਼ਹੀਦ ਹੁੰਦੇ ਸੀ, ਅੱਜ ਆਪਣੇ ਬੱਚਿਆਂ ਨੂੰ ਮਰਦਾ ਵੇਖ ਮਹਿਸੂਸ ਕਰ ਉਹ ਦਰਦ। ਆਓ ਗੁਰੂ ਪਿਆਰਿਓ ਲਾ ਕੇ ਦਰਬਾਰ, ਜਿਵੇਂ ਵਜ਼ੀਰ ਖਾਂ ਨੂੰ ਵਹਿੜ ਕਿਆ ਮਗਰ ਪਾ ਕੇ ਧੂ ਕੇ ਉੱਪਰ ਇੱਕ ਦਰਖਤ ਤੇ ਟੰਗ ਕਰਕੇ ਇਹਦੇ ਸਰੀਰ ਨੂੰ ਕਾਵਾਂ ਇਲ ਜਿਵੇਂ ਨੋਚ ਨੋਚ ਖਾਂਦੇ ਨੇ, ਆਓ ਗੁਰੂ ਪਿਆਰਿਓ ਸਾਰਾ ਹਾਲ ਮੈਂ ਇਸ ਕਾਵਰਤ ਨਵਾਈ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ। ਬਹਾਦਰ ਬਾਬਾ ਬੰਦਾ ਸਿੰਘ ਦੇ ਸੂਰ ਵੀਰੇ ਸੂ ਜੋਧੇ ਜਿਵੇਂ ਸੂਬਾ ਸਰਹੰਦ ਵਜ਼ੀਰ ਖਾਂ ਇਹਨੂੰ ਮੌਤ ਦੇ ਘਾੜ ਉਤਾਰਦੇ ਨੇ, ਕੀ ਕੁਝ ਦਸ਼ਾ ਕਰਦੇ ਨੇ, ਸਾਰੀ ਵਾਰਤਾ ਇਸ ਕਲੀ ਚੰਦ ਰਹੀ ਹੈ। ਲਾ ਕਚਹਿਰੀ ਬੰਦਾ ਬੈਠਾ ਵਿੱਚ ਸਰਹੰਦ ਦੇ, ਆਪਣੇ ਮਨ ਵਿੱਚ ਵਿਚਾਰ ਰੱਖਿਓ। ਬਹਾਦਰ ਬਾਬਾ ਬੰਦਾ ਸਿੰਘ ਜੀ ਪਹਿਲੇ ਸਿੱਖ ਰਾਜ ਦੇ ਮੋਢੀ, ਜਦੋਂ ਵਜ਼ੀਰ ਖਾਂ ਉਹਦਾ ਕੀਤੀਆਂ ਦਾ ਫਲ ਭੁਗਤਾ ਕੇ ਸੁੱਚਾ ਆਨੰਦ ਵਰਗਿਆਂ ਨੂੰ ਲੋਹ ਕਰਨ ਨੂੰ
ਜਿਹੜਾ ਕਦੇ ਮੁਖਲਸਗੜ੍ਹ ਦਾ ਕਿਲ੍ਹਾ ਸੀ ਉਹਨੂੰ ਰਾਜਧਾਨੀ ਬਣਾ ਕੇ 28 ਪਰਗਣੇ ਸੀ ਸਰਹੰਦ ਦੇ ਜਿਹੜੇ ਆਲੇ ਦੁਆਲੇ, ਇਹਨਾਂ 28 ਪਰਗਣਿਆਂ ਤੇ ਸਰਹੰਦ ਦੇ ਨਵਾਬ ਦਾ ਹੁਕਮ ਚੱਲਦਾ ਸੀ, ਇਹਨਾਂ ਉੱਤੇ ਰਾਜ ਕਾਇਮ ਕਰਕੇ ਫਿਰ ਯੋਧਿਓ ਜਦੋਂ ਰਾਜ ਕਾਇਮ ਹੋ ਜਾਣਾ ਤੇ ਫਿਰ ਉਦੋਂ ਹੀ ਮਤੇ ਪੜੇ ਜਾਂਦੇ ਕਿ ਜਿਹੜੇ ਜ਼ਮੀਨ ਵਾਹੁਣ ਵਾਲੇ ਵਾਹੀਵਾਲ ਕਿਸਾਨ ਨੇ ਉਹ ਅਸਲੀ ਤੌਰ ਤੇ ਸਦਾ ਲਈ ਹੱਕਦਾਰ ਹੋ ਜਾਣ। ਇਹ ਬਹਾਦਰ ਬਾਬਾ ਬੰਦਾ ਸਿੰਘ ਨੇ ਦੁਨੀਆ ਦੇ ਅੰਦਰ ਸਭ ਤੋਂ ਪਹਿਲਾਂ ਜਿਹੜਾ ਕਾਰਨਾਮਾ ਹੈ ਇਹ ਸਾਰਾ ਵੱਡਾ ਸਿਧਾਂਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਹਾਦਰ ਨੇ ਸਾਨੂੰ ਦਿੱਤਾ। ਆਓ ਗੁਰੂ ਪਿਆਰਿਓ, ਕਹਿਣ ਨੂੰ ਬੜਾ ਕੁਝ ਹੈ ਪਰ ਸਮੇਂ ਦੀ ਵੀ ਸੀਮਾ ਹੈ, ਬੰਦਿਸ਼ ਹੈ। ਸਾਡੇ ਸਤਿਕਾਰਯੋਗ ਬਾਬਾ ਸੁੱਖਾ ਸਿੰਘ ਜੀ, ਸ਼ਹੀਦ ਮਹਾਨ ਬਾਬਾ ਸੁੱਖਾ ਸਿੰਘ ਜੀ ਕੰਬੋ ਕੀ ਮਾੜੀ ਵਾਲੇ, ਉਹਨਾਂ ਦੇ ਪਵਿੱਤਰ ਨਾਮ ਤੋਂ ਬਹੁਤ ਸਾਰਾ ਮਾਣ ਸਨਮਾਨ ਹਾਜ਼ਰ ਹੁੰਦਾ ਹੈ। ਮਹਾਨ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਹ, ਉਹਨਾਂ ਦੇ ਪਵਿੱਤਰ ਨਾਮ ਤੋਂ ਮਾਣ ਹਾਜ਼ਰ ਹੋਇਆ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਜਿੰਨੇ ਵੀ ਗੁਰਸਿੱਖ ਪਿਆਰੇ ਸਿੱਖ ਸੰਗਤਾਂ ਹਾਜ਼ਰੀ ਭਰ ਰਹੇ ਹੋ, ਅਗਲੀ ਵਾਰਤਾ ਗਿਆਨੀ ਗੁਰਲਾਲ ਸਿੰਘ ਜੀ ਉਹ ਆਪ ਜੀ ਨਾਲ ਸਾਂਝਾ ਕਰਨਗੇ। ਆਉਣ ਵਾਲੇ ਜੱਥੇ ਨੂੰ ਜੀਓ ਆਇਆ, ਸਤਿਗੁਰੂ ਬਖਸ਼ਿਸ਼ ਕਰਨ, ਥੋੜ੍ਹੇ ਸਮੇਂ ਵਿੱਚ ਬਹੁਤ ਸਾਰੀਆਂ ਇਤਿਹਾਸ ਦੀਆਂ ਤਰੁੱਟੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰੂ ਪਿਆਰਿਓ ਅਣਜਾਣ ਦੇ ਬੱਚੇ ਸਮਝ ਕੇ ਮਾਫ਼ ਕਰਨਾ। ਦਾਸ ਗੁਰਜੀਤ ਸਿੰਘ ਪੱਠਲ ਵੀਰ, ਦਵਿੰਦਰ ਸਿੰਘ ਸੁਲਤਾਨਵਿੰਡ ਵੀਰ, ਗੁਰਜੀਤ ਸਿੰਘ ਜੀ ਤੱਲੇ, ਸ੍ਰੀ ਅੰਮ੍ਰਿਤਸਰ ਸਾਹਿਬ, ਆਓ ਬੜੇ ਪਿਆਰ ਸਤਿਕਾਰ ਨਾਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਫਤਿਹ ਅਸੀਸ ਦਿਓ। ਅਸੀਸ ਤੁਹਾਡੀ ਫਤਿਹ ਵਿੱਚੋਂ ਪ੍ਰਵਾਨ ਹੋਣੀ ਹੈ। ਸਾਰੀ ਸੰਗਤ ਪਿਆਰ ਅੰਦਰ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਗਿਆਨੀ ਗੁਰਜੀਤ ਸਿੰਘ ਜੀ ਪੱਠਲ, ਜਿਨ੍ਹਾਂ ਦੇ ਜਥੇ ਪਾਸੋਂ ਆਪ ਸੰਗਤਾਂ ਨੇ ਮਹਾਨ ਸੂਰਬੀਰ ਯੋਧੇ ਖਾਲਸਾ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਪਾਵਨ ਪਵਿੱਤਰ ਇਤਿਆਦਰ, ਉਹਨਾਂ ਨੇ ਸਰਹੰਦ ਦੀਆਂ ਸੱਜੀਆਂ ਖੱਬੀਆਂ ਬਾਹਾਂ ਭੰਨੀਆਂ, ਛੱਤ ਬਨੂੜ ਸਾਧ ਸੰਗਤ